ਤੁਰੰਤ ਜੀਵਨ ਬੀਮਾ ਕਰ ਦਿੰਦੇ ਆ, ਆਧਾਰ ਕਾਰਡ ਅਪਡੇਟ ਕਰਾ ਲਿਆ, ਕਰ ਦੋ ਆਧਾਰ ਕਾਰਡ ਅਪਡੇਟ। ਆ ਕੀ ਹੋ ਗਿਆ? ਹਟ ਜਾ, ਮੈਂ ਤਾਂ ਸੋਨਾ ਦੇਰ ਗਿਆ। ਕੀ ਹੋ ਗਿਆ? ਹਟ ਜਾ ਨਾ ਨੂੰ। ਸਾਰੀਆਂ ਸਾਲੇ ਦੀਆਂ ਪ੍ਰਧਾਨ ਦੀਆਂ ਜਬਰੀਕੀਆਂ ਨੇ ਇਹ। ਐਡਾ ਫੁੱਦੂ ਬੰਦਾ ਜ਼ਿੰਦਗੀ 'ਚ ਨਹੀਂ ਦੇਖਿਆ। ਨਹੀਂ ਉਹਨੂੰ ਕੀ ਪਤਾ ਨਹੀਂ ਸੀ ਵੀ ਬਲਾਕ ਪ੍ਰਧਾਨ ਦੇ ਘਰ ਵਾਲੀ ਹੈ, ਵੀ ਘਰੇ ਲਾ ਕੇ ਆਵਾਂ। ਹੈਂ ਨਾ, ਫਿਰ ਕੀ ਹੋ ਗਿਆ ਜੇ ਤੂੰ ਮੈਨੂੰ ਲੈ ਆਇਆ? ਤੂੰ ਥੱਕ ਗਿਆ? ਉਹ ਥੱਕਣ ਦੀ ਗੱਲ ਨਹੀਂ ਵੀ 7 ਵਜੇ ਹੋ ਜਾ, ਉਹਨੂੰ ਕੀ ਦੀਂਦਾ ਨਹੀਂ, ਮਾੜਾ ਮੋਟਾ ਦਿਲ 'ਚ ਦਿਆ ਰਹਿਮ ਹੀ ਨਹੀਂ ਹੈਗਾ ਬੰਦੇ ਦੇ। ਵੱਡਾ ਪ੍ਰਧਾਨ ਤਾਂ ਕਹਿੰਦਾ ਸੀ ਭਾਈ ਤੈਨੂੰ ਘਰੇ ਛੱਡ ਆਉਣਾ, ਉਹ ਕਹਿੰਦਾ ਨਹੀਂ ਇੱਥੋਂ ਹੀ ਲੈ ਜੂਗਾ, ਕਹਿੰਦਾ ਉਹ ਵਿਹਲਾ ਹੀ ਆ, ਪੂਰੀ ਤਾਰ ਦਿਓ। ਚੱਕਦਾਰ ਹੁਣ ਮੈਨੂੰ ਕਰਨੀ ਪਊਗੀ, ਤੈਨੂੰ ਕੀ ਲੋੜ ਦੀ ਦੱਸ ਬਾਬਾ ਜੀ ਨਾਲ ਪੰਗੇ ਲੈਣ ਦੀ? ਬੇ ਮੈਨੂੰ ਤਾਂ ਕਾਹਨੂੰ ਲੋੜ ਸੀ, ਮੈਂ ਤਾਂ ਐਂ ਸੋਚਦੀ ਸੀ ਵੀ ਆਹ ਦੇਖ ਲੈ ਪੰਮੀ ਖੇਡਦੀ ਹੈ ਨਾਲ, ਮੈਂ ਵੀ ਖੇਡ ਲੂੰਗੀ। ਐਂ ਸੀਗਾ ਵੀ ਚੱਲ ਬਾਹਰਲੇ ਮੁਲਕ ਜਾਣਗੀਆਂ ਖੇਡਣ, ਮੈਂ ਵੀ ਵਗ ਜੂੰਗੀ ਆਪਣੇ ਘਰ ਦੀ ਗਰੀਬੀ ਚੱਕੀ ਜਾਊ। ਗਰੀਬੀ ਦਾ ਤਾਂ ਪਤਾ ਨਹੀਂ, ਤੈਨੂੰ ਚੱਕ ਕੇ ਧਰਨਾ ਪਿਆ ਗੁਰੂ ਹੁਣ 2 ਮਹੀਨੇ। ਪੰਮੀ ਦੀ ਰੀਸ ਕਰ ਲੇਗੀ ਤੂੰ? ਪੰਮੀ ਤਾਂ 15 ਸਾਲ ਹੋ ਗਏ ਤਿਆਰੀ ਕਰਦੀ ਨੂੰ, ਬਾਬਾ ਜੀ ਤੋਂ ਟ੍ਰੇਨਿੰਗ ਲੈਂਦੀ ਆ ਉਹ ਤਾਂ। ਬੇ ਮੈਨੂੰ ਵੀ ਐਂ ਸੀ ਵੀ ਬਾਬਾ ਜੀ ਤੋਂ ਟ੍ਰੇਨਿੰਗ ਲੈ ਕੇ ਮੈਂ ਵੀ ਬਾਹਰ ਹੀ ਖੇਡਣ ਵਗ ਜੂੰਗੀ, ਚੱਲ ਮਾੜੀ ਮੋਟੀ ਜੂਨ ਸੁਧਰ ਜੂਗੀ। ਹੁਣ ਐਂ ਕੀ ਪਤਾ ਸੀਗਾ ਵੀ ਕਰਮਾਂ 'ਚ ਸੱਟ ਰਲੀ ਹੋਈ ਆ। ਨਹੀਂ ਤੂੰ ਐਂ ਤਾਂ ਦੇਖ ਲੈਂਦੀ, ਤੇਰੇ ਅੱਲੇ ਹੱਡ ਨੇ, ਜਾਂ ਪਤਾ ਹੁਣ ਹੋ ਕੇ ਹਟੇਗਾ। ਚੱਲ ਕੋਈ ਨਾ, ਹਜੇ ਤਾਂ ਮੇਰੀ ਲੱਤ ਟੁੱਟ ਕੇ ਸਰ ਗਿਆ, ਕੀ ਪਤਾ ਮੇਰੀ ਮੌਤ ਮੂਤ ਲਿਖੀ ਹੋਵੇ, ਬਾਬਾ ਜੀ ਨੂੰ ਪਤਾ ਲੱਗ ਗਿਆ ਹੋਵੇ। ਉਹ ਤਾਂ ਠੀਕ ਹੈ, ਕਸ਼ਟ ਤਾਂ ਇਹ ਨਹੀਂ ਪਤਾ ਤੇਰਾ ਕਿੱਡਾ ਘਟਲ ਗਿਆ। ਹੋਰ ਹੁਣ ਬਾਬਾ ਜੀ ਨਾਲ ਨਾ ਪੰਗੇ ਲਿਆ ਕਰ, ਬਾਬਾ ਜੀ ਤਾਂ ਉਦੋਂ 52 ਕਿਲੋ ਦੇ ਦੀ ਜਦੋਂ ਓਪਨ ਵਾਲਿਆਂ ਨੂੰ ਗੁੱਟ ਫੜ ਫੜ ਮਨਾ ਦਿੰਦੇ ਦੀ, ਹੱਥ ਛੱਡਵੀਆਂ ਲਾਉਂਦੇ ਨੇ ਬਾਬਾ ਜੀ ਤਾਂ, ਤੈਨੂੰ ਪਤਾ ਨਹੀਂ ਇਹ ਗੱਲਾਂ ਬਾਰੇ। ਉਹ ਤਾਂ ਠੀਕ ਹੈਗਾ, ਆ ਮੇਰੀ ਤਾਂ ਦੇਖਣਾ ਲੱਤ ਟੁੱਟ ਕੇ ਸਰ ਗਿਆ, ਆ ਜਿਹੜੀਆਂ ਰਸ਼ੀਏ ਤੋਂ ਭੈਣ ਆਈਆਂ ਸੀ ਉਹਨਾਂ ਦਾ ਤਾਂ ਸਾਈ ਬੰਦ ਹੋ ਗਿਆ, PGI ਭੇਜੀਆਂ ਨੇ ਹੈਲੀਕਾਪਟਰ 'ਚ ਪਾ ਕੇ। ਅੱਛਾ ਜੀ, ਹੋਰ ਹੁਣ ਨਾਲੇ ਪਸੜੀਆਂ ਬਹਿ ਗਈਆਂ ਹੋਣੀ ਉਹਨਾਂ ਦੀਆਂ, ਬਹਿ ਗਈਆਂ ਹੋਣਗੀਆਂ, ਨਾਲੇ ਬਾਬਾ ਜੀ ਸਾਰੇ 15 ਮਿੰਟ ਖੇਡੇ ਸੀ ਉਹਨਾਂ ਨਾਲ। ਉਹਦਾ ਪਰਮੇਸ਼ਰ ਹੈ ਉਹਦੇ ਨਾਲ, ਕਿੱਥੇ ਸੇਤ ਤਾਂ ਦੇਖ ਤੂੰ ਬਾਬਾ ਜੀ ਦੀ ਕਿੱਥੇ ਪਈ ਹੈ। ਉਹੀ ਤਾਂ ਸੁੱਖ ਨਾਲ ਖੱਟਾ ਕੱਟਾਗਾ ਆਪਣੇ ਵਰਗੇ ਤਾਂ ਕਿੱਥੇ, ਮੈਂ ਤਾਂ ਐ ਸੋਚਦੀ ਸੀ ਵੀ ਚੱਲ ਮੇਰੇ ਘਰ ਦਾ ਗਲਤ ਪੰਗਾ ਲੈ ਲਿਆ। 10 ਸਾਲ ਪਹਿਲਾਂ ਮੈਂ ਲੱਗ ਗਿਆ ਬਾਬਾ ਜੀ ਨਾਲ ਖੇਡਣ, ਬਾਬਾ ਜੀ ਕਹਿੰਦੇ ਆ ਜਾਓ ਸੰਗਤ ਚੋਂ ਜਿਹਨੇ ਖੇਡਣਾ ਕਬੱਡੀ, ਮੈਂ ਲੱਗ ਗਿਆ ਬਈ। ਮੈਂ ਆਖਾਂ ਬਾਬਾ ਜੀ ਮੈਂ ਰੇਡ ਪਾਉਣਾ ਤੁਹਾਡੇ ਤੇ। ਅੱਛਾ ਹਾਂ, ਜਾਪ 'ਚ ਖੜ ਗਏ, ਬਾਬਾ ਜੀ ਨੇ ਮਾਰੀ ਪੱਟ ਤੇ ਥਾਪੀ, ਮੈਂ ਜਾ ਕੇ ਟੱਚ ਲਾਉਣ ਲੱਗਿਆ, ਮੇਰੇ ਤਾਂ ਐ ਲਾ ਕੇ ਟੱਚ ਬਈ ਡਾਜ ਤੇ ਕਰ ਲਿਆ, ਬਗਲਾਂ ਭਰ ਲਈਆਂ ਮੇਰੇ ਤਾਂ ਵੱਖੀ ਵੱਖੀ ਕੁੱਟੀ ਡਾਜ ਤੇ ਕਰਕੇ। ਉਦੋਂ ਬਾਅਦ ਮੈਂ ਭੱਜਣ ਲੱਗ ਗਿਆ, ਗਿੱਟਾ ਕੱਢ ਲਿਆ। ਅੱਛਾ, ਅਈ ਮੈਂ ਬੈਠਾ ਰਿਹਾ 2 ਮਹੀਨੇ ਗਿੱਟਾ ਲਈ। ਆ ਤਾਂ ਔਖਾ ਹੀ ਹੋ ਗਿਆ। ਬਾਬਾ ਜੀ ਤਾਂ ਕਹਿੰਦੇ ਸੀ ਭਾਈ ਤੂੰ ਉਰੀ ਰਹਿ ਜਾ, ਉਰੀ ਸੇਵਾ ਕਰ ਲੈਣੇ ਤੇਰੀ। ਨਾ ਨਾ, ਹੁਣ ਤਾਂ ਕਰੀ ਰਹਿ, ਤੇਰਾ ਕੋਈ ਪਤਾ ਨਹੀਂ, ਦੁਬਾਰੇ ਪੰਗਾ ਲੈ ਲੈ। ਓ ਬਕੜਾ! ਹਾਂ ਚਾਚਾ। ਕੀ ਕਰਾਈਆਂ ਦਾ ਸੌਰਾ, ਕੀ ਕਰਾ ਲਿਆ ਓਏ? ਸੱਟ ਜੀ ਲੱਗੀ ਬਹੂ ਨੂੰ, ਲਿਬੜੀ ਹੁਣ ਲੜੀ ਚਾ। ਗਿੱਟਾ ਟੁੱਟ ਗਿਆ ਚਾਚਾ, ਗਿੱਟਾ ਟੁੱਟ ਗਿਆ, ਕੰਜੇ ਦਾ ਐਕਸੀਡੈਂਟ ਹੋ ਗਿਆ, ਮੱਥਾ ਟੇਕ ਦੇ ਚਾਚੀ। ਐਕਸੀਡੈਂਟ ਦਾ ਕਾਨੂੰ ਹੋ ਗਿਆ ਚਾਚਾ, ਉੱਥੇ ਕੁਸ਼ਤੀ ਖੇਡਣ ਲੱਗ ਗਈ ਬਾਬਾ ਜੀ ਨਾਲ, ਪੰਗਾ ਵੱਡਾ ਲੈ ਲਿਆ ਨੇ ਤਾਂ। ਫਿਰ ਫਿਰ ਕੀ, 2-3 ਮਿੰਟ ਦਾ ਬਾਬਾ ਜੀ ਕਹਿੰਦੇ ਚੱਲ ਕੋਈ ਗੱਲ ਨਹੀਂ ਖੇਡੀਏ ਖੇਡੀਏ, ਬਾਲਾ ਜ਼ੋਰ ਜਾ ਮਾਰਨ ਲੱਗੀ, ਬਾਬਾ ਜੀ ਨੇ ਫੜ ਕੇ ਬਾਹ ਧੋਪੀ ਪਛਾੜ ਮਾਰੀ ਥੱਲੇ, ਆ ਤੋੜਦਾ ਗੱਟਾਂ ਨਾਲੇ ਧਰਨ ਪੈ ਗਈ। ਫਟੇ ਤੂੰ, ਤੇਰੇ ਜੰਮਣ ਵਾਲਿਆਂ ਦੇ ਮੇਰੇ ਆ ਸਾਲਿਆ, ਤੈਨੂੰ ਸ਼ਰਮ ਨਹੀਂ ਆਉਂਦੀ ਓਏ? ਹੈਂ, ਤੂੰ ਆਪ ਤਾਂ ਕੰਜਰ ਦੇ ਫੁੱਦੂ ਕੰਮ ਤੇ ਬੜੀ ਬੜੇ ਆਪਣੀ ਤੀਵੀਂ ਵਾਲੀ ਦੇ ਵਿੱਚ ਹੀ। ਹੈਂ ਚਾਚਾ, ਮੈਂ ਤਾਂ ਨਹੀਂ ਕਿਹਾ ਇਹਨੂੰ, ਤਾਂ ਆਪ ਪੰਗਾ ਲਿਆ ਉੱਥੇ ਜਾ ਕੇ, ਛੱਡੀ ਕਿ ਧਾਰਾ ਲੈ ਇਹਨੂੰ ਉੱਥੇ ਇਹ। ਉਹ ਤਾਂ ਚੱਲ ਇਹ ਵੀ ਸੇਵਾ ਭਾਵਨਾ ਹੋ ਜਾਂਦੀ ਆ, ਹੋਰ ਤਾਂ ਕੀ ਹੈ, ਕੀ ਕਰਨੀਆਂ ਨਹੀਂ ਹੁੰਦੀਆਂ। ਮੈਂ ਤਾਂ ਚਾਚਾ ਜੀ ਸੇਵਾ 'ਚ ਗਈ ਸੀ, ਮੇਰਾ ਸੇਵਾ 'ਚ ਨਾਂ ਲਿਖਿਆ ਹੋਇਆ ਸੀ, ਪੱਕੀ ਆ ਨਾ ਮੈਂ ਇੱਥੇ। ਭਾਈ ਤੁਹਾਡਾ ਤਾਂ ਮੇਰੇ ਸਾਜੋ, ਉਹ ਕਹਿੰਦੇ ਨੇ ਅੰਗਰੇਜ਼ੀ 'ਚ ਬ੍ਰੇਨ ਵਾਸ ਜਾ, ਉਹ ਕਰਤਾ ਭੈਣ ਦੇ ਖਸਮ ਦਾ ਉਹਨੇ। ਹੈਂ,
ਉਹ ਡੇਰਾ ਤਾਂ ਨਹੀਂ ਮਾੜਾ ਚਾਚਾ, ਹੁਣ ਇਹ ਤਾਂ ਬੰਦੇ ਦੇ ਕਰਮ ਨੇ, ਸੋਡੇ ਦਾ ਘੋਲ ਕੇਂਦਰ ਪਿਆ, ਤੈਨੂੰ ਮਾੜੀ ਮੋਟੀ ਸ਼ਰਮ ਨਹੀਂ ਆਉਂਦੀ ਵੀ ਇੱਥੇ ਕੀ ਕੁਛ ਹੁੰਦਾ ਕੀ ਨਾ ਹੁੰਦਾ ਤੈਨੂੰ ਚਾਚਾ? ਉੱਥੇ ਤਾਂ ਕੁੜੀਆਂ ਨੂੰ ਵੀ ਸਿਖਾਉਂਦਾ ਉਹ ਕੁਸ਼ਤੀ, ਬਾਹਰ ਖੇਡ ਖੇਡ ਆਉਂਦੀਆਂ ਨੇ, ਮਰੀ ਜਾਂਦਾ ਹੁਣ ਨੂੰ ਬੈਠੀ ਆ ਕੀ ਤੈਨੂੰ ਕਹਾਂ ਮੈਂ ਇਹਦੇ ਸਾਹਮਣੇ, ਉਹ ਦਾ ਬੇਜੀ ਉਹਨੂੰ ਆਉਂਦੇ ਨੇ ਸਾਰੇ, ਇਹਨੇ ਤਾਂ ਕੋਚਾਂ ਨੂੰ ਨਹੀਂ ਆਉਂਦੇ। ਉਹ ਭਾਈ ਤੁਸੀਂ ਛੱਡ ਦੇ ਖੇੜਾ, ਇਹ ਤਾਂ ਭੈਣ ਦਾ ਖਸਮ ਜਾਇਦਾ ਹੈਗਾ ਹੈਗਾ ਮਲੰਗ। ਚਾਚਾ ਜੀ ਉਹ ਤਾਂ ਮੈਂ ਆਪਦੇ ਦਿਲ ਦੀ ਗੱਲ ਕਿਸੇ ਨੂੰ ਦੱਸਦੀ ਨਹੀਂ ਹੁੰਦੀ, ਆ ਤੁਸੀਂ ਪੁੱਛ ਲੈ ਤਾਂ ਦੱਸਦੀ ਆ। ਮੇਰਾ ਤਾਂ ਚਾਚਾ ਜੀ ਘਰੇ ਜਮਾ ਹੀ ਨਹੀਂ ਜੀ ਲੱਗਦਾ, ਇੰਨਾ ਸਾਹ ਘੁੱਟਦਾ, ਮੇਰਾ ਤਾਂ ਮਨ ਡੇਰੇ 'ਚ ਜਾ ਕੇ ਲੱਗਦਾ, ਇੰਨਾ ਆਨੰਦ ਮਿਲਦਾ ਨਾ ਉੱਥੇ ਤਾਂ, ਧਰਮ ਨਾਲ ਪੁੱਛੋ ਹੀ ਨਾ। ਦੇਖ ਲੈ ਚਾਚਾ ਇਹੀ ਗੱਲ ਤਾਂ ਤੈਨੂੰ ਮੈਂ ਕਹਿਣਾ ਹੁੰਦਾ, ਮੰਨਦਾ ਨਹੀਂ ਹੁੰਦਾ ਹੈ। ਜਿਹੜੀ ਕਿਸੇ ਨੂੰ ਤੇਰਾ ਪਿੰਨੀ ਪ੍ਰਸ਼ਾਦ ਮਿਲ ਗਿਆ ਨਾ ਚਾਚਾ ਜੀ, ਉਹ ਨਹੀਂ ਘਰੇ ਆਉਂਦੀ, ਉਹਦਾ ਘਰੇ ਜੀ ਨਹੀਂ ਲੱਗਦਾ। ਆ ਦੇਖ ਲੈ ਬਾਹਰਲੇ ਮੁਲਕ ਤੋਂ ਆਉਂਦੀਆਂ ਨੇ ਤੀਵੀਆਂ ਸੁੱਖ ਨਾਲ ਚਾਚਾ ਜੀ, ਤੇਰੇ ਜਿੱਡੇ ਜਿੱਡੇ ਦਾ ਕੱਦ ਨੇ ਉਹਨਾਂ ਦੇ, ਸੋਹਣੀਆਂ ਸੁਨੱਖੀਆਂ ਚਿੱਟੀਆਂ ਪਈਆਂ ਨੇ ਰੂੰ ਵਰਗੀਆਂ। ਉਹ ਭਾਈ ਨਾ ਹਣ ਦਿਆ ਕਰੋ ਤੁਸੀਂ, ਐ ਕਰੀ ਓਏ, ਇਹ ਚਿੰਤੋ ਕੋਲ ਲੈ ਜੀ ਇਹਨੂੰ, ਇਹ ਪਿੰਡ ਕਿੱਟਾ ਕੁੱਟਾ ਮਲ ਦੂਗੀ, ਉਹ ਫੱਟੀਆਂ ਫੁੱਟੀਆਂ ਬੰਨ ਦੂ ਦੇ। ਅੰਬ ਹਲਦੀ ਪਿਆਉਂਗਾ ਇਹਨੂੰ ਚਾਚਾ, ਹਫਤਾ ਕੰਬ ਹਲਦੀ ਪਿਆਉਂਗਾ ਜੀ ਖੜੀ ਐ ਇਹਨੂੰ। ਹੋਰ ਉੱਥੇ ਦੇਖ ਲੈ, ਉੱਥੇ ਤਾਂ ਆਨੰਦ ਹੈ ਆਨੰਦ। ਨਿੱਕੇ ਨੇਣੇ ਨੂੰ ਤੁਸੀਂ ਅੰਬ ਲਾਓਗੇ ਤੁਸੀਂ? ਮੱਝ ਦੁੱਧੋਂ ਭਜਦੀ ਜਾਂਦੀ ਆ, ਉਹਦੇ ਗਲ ਚ ਢਿੰਡੀ ਢੂੰਡੀ ਪਵਾ ਦੇ, ਪਤਾ ਨੀ ਕੰਜਰਾਂ ਨੇ ਕੀ ਨਜ਼ਰਾਂ ਲਾਈਆਂ ਸਾਡੇ ਦੁੱਧ ਪਾਣੀ ਨੂੰ, ਘਰ ਨਿਗਰਦਾ ਹੀ ਜਾਂਦਾ ਗਾ। ਉਹ ਕੁੜੀ ਦਾ ਨੀ ਕੁਛ ਬਣਦਾ ਉਧਰੋਂ। ਕੱਲ ਕਿੱਥੇ ਗਈਆਂ ਸੀ ਸ਼ਾਮ ਨੂੰ ਤਿਆਰ ਹੋ ਕੇ ਦੋਨੇ ਜੀ? ਹੁਣ ਤਾਂ ਇਹਨੂੰ ਦੱਸਾਂ ਮੈਂ, ਅਸੀਂ ਕਿੱਥੇ ਗਈਆਂ ਸੀਗੀਆਂ ਹੈ? ਸਾਨੂੰ ਤਾਂ ਕੱਲੀਆਂ ਜਨਾਨੀਆਂ ਨੂੰ 100 ਕੰਮ ਆ, ਮੈਂ ਤਾਂ ਬੰਦਿਆਂ ਵਾਲੇ ਥਾਂ ਵੀ ਜਾਣਾ, ਬੁੜੀਆਂ ਵਾਲੇ ਥਾਂ ਵੀ ਜਾਣਾ। ਤੂੰ ਡੀਸੀ ਲੱਗਿਆ ਜਿਹੜਾ, ਮੈਂ ਤੈਨੂੰ ਦੱਸ ਕੇ ਜਾਵਾਂ ਵੀ ਮੈਂ ਇੱਥੇ ਚੱਲੀ ਹੈਗੀ, ਤੇਰਾ ਤੂੰ ਕੌਣ ਹੁੰਦਾ ਮੈਨੂੰ ਪੁੱਛਣ ਵਾਲਾ? ਉਹਦੇ ਪਸ਼ੂ ਢਾਂਡੇ ਸਾਹਿਬ ਜਿਹੜਾ ਕੰਮ ਕਰਨਾ ਕਰਨਾ ਹੀ, ਪਰਦਾ ਬਣਾਉਂਦਾ ਇੱਥੋਂ, ਦੋ ਰੋਟੀਆਂ ਖਾਇਆ ਕਰ ਤੇ ਪੈ ਜਾ ਕਰ ਚੁੱਪ ਕਰਕੇ। ਤੈਨੂੰ ਦੱਸਾਂ ਵੀ ਕੌਣ ਆਉਂਦਾ ਤੇ ਕੌਣ ਜਾਂਦਾ ਤੇ ਕਿੱਥੋਂ ਗਈਆਂ ਤੇ ਕਿੱਧਰੋਂ ਆਈਆਂ ਅਸੀਂ? ਮੈਨੂੰ ਪਤਾ ਕੁੜੀ ਦੀ ਨੌਕਰੀ ਦਾ ਨਹੀਂ ਬਣਿਆ, 2-4 ਨੰਬਰ ਘੱਟ ਆਏ ਉਹਦੇ, ਕਿਤੇ ਇਹ ਤਾਂ ਨਹੀਂ ਸੋਚਦੀ ਵੀ ਵਿਆਹ ਕਰਵਾ ਕੇ ਕੁੜੀ ਦਾ ਤੇ ਕੁੜੀ ਨੂੰ ਬਾਹਰ ਭੇਜ ਦਈਏ। ਵੇਖੀ ਕਿਤੇ ਕਿਸੇ 'ਤੇ ਭਰੋਸਾ ਨਾ ਕਰਦੀ, ਇੱਥੇ ਕੋਈ ਕਿਸੇ 'ਤੇ ਤਰਸ ਨਹੀਂ ਖਾਂਦਾ, ਆਏ ਲੁੱਟ ਲੁੱਟ ਕੇ ਅਤੇ ਮੌਜ ਮਸਤੀ ਕਰਕੇ ਅਤੇ ਬਾਹਰ ਉਹ ਜਾਣਗੇ, ਤੁਹਾਨੂੰ ਕਿਸੇ ਨੂੰ ਨਹੀਂ ਪੁੱਛਣਾ ਇੱਥੇ ਮਾਵਾਂ ਧੀਆਂ ਨੂੰ। ਤੈਨੂੰ ਬਾਹਲੀ ਫਿਕਰ ਹੈਗੀ, ਉਵੇਂ ਮਾਰੀ ਜਾਣਾ ਭਕਾਈ, ਜੇ ਮੇਰਾ ਆਪਦਾ ਬੰਦਾ ਹੁੰਦਾ ਨਾ ਉਹ ਵੀ ਨਾ, ਅੱਜ ਮੈਨੂੰ ਇੰਨੀਆਂ ਇੰਨੀਆਂ ਤੂਮਤਾਂ ਲਾਉਂਦਾ, ਜਿੰਨੀਆਂ ਜਿੱਡੀਆਂ ਜਿੱਡੀਆਂ ਤੂੰ ਤੂਮਤਾਂ ਲਾਉਂਦਾ ਮੇਰੇ 'ਤੇ, ਕਦੇ ਕੁਛ ਬੋਲਦਾ ਮੈਨੂੰ, ਕਦੇ ਤੂੰ ਕੁਛ ਬੋਲਦਾ, ਚੁੱਪ ਕਰਕੇ ਰੋਟੀ ਖਾਣੀ ਹੁੰਦੀ ਆ ਖਾ ਅਤੇ ਨਹੀਂ ਖਾਧੀਆਂ ਡੰਡੀ ਪੈ ਆਪਦਾ। ਤੂੰ ਕੀ ਮੇਰਾ ਸਕਾ ਜੇਠ ਲੱਗਦਾ ਜਿਹੜੇ ਮੈਨੂੰ ਇੰਨੇ ਇੰਨੇ ਸਵਾਲ ਕਰਦਾ? ਹੈਂ ਲੱਗਦਾ ਕੀ ਹੈ ਮੇਰਾ? ਮੈਂ ਤੈਨੂੰ ਤਰਸ ਕਰਕੇ ਰੋਟੀ ਦੇਈ ਜਾਂਦੀ ਹਾਂ ਵੀ ਚੱਲ ਰੋਟੀ ਖਾ ਲੂਗਾ ਇਹ, ਅਤੇ ਥੋ ਵੀ ਨਹੀਂ ਖਾਧੀਆਂ ਜਾਂਦੀਆਂ ਚੁੱਪ ਕਰਕੇ। ਲੱਗ ਗਿਆ ਕਿਚ ਕਿਚ ਕਰਨ, ਤੂੰ ਸਾਡੇ ਬਸ ਘਰ ਦੇ ਕੰਮਾਂ 'ਤੇ ਧਿਆਨ ਰੱਖਦਾ ਵੀ ਮਾਵਾਂ ਧੀਆਂ ਕਿੱਥੇ ਆਉਂਦੀਆਂ ਅਤੇ ਕਿੱਥੇ ਜਾਂਦੀਆਂ, ਇਹਨਾਂ ਕੰਮਾਂ ਨੂੰ ਫਿਰਦਾ ਤੂੰ ਇੱਥੇ? ਮੈਂ ਤਾਂ ਤੈਨੂੰ ਇਹ ਕਹਿੰਦਾ ਸੀ ਰਾਏ ਮਸ਼ਵਰਾ ਕਰ ਲਈ, ਫਿਰ ਕਰੀ ਜਿਹੜਾ ਕੰਮ ਕਰਨਾ। ਕੋਈ ਨਹੀਂ ਕੀਤੇ ਆ ਮੇਰੇ ਰਾਏ ਮਸ਼ਵਰੇ, ਤੇਰੀ ਲੋੜ ਹੈਗੀ ਵਿੱਚ ਨਾ 3 ਚੋਂ ਨਾ 13 ਚੋਂ, ਤੀਜਾ ਘਰ ਛੱਡ ਕੇ ਆਇਆ ਇੱਥੇ। ਮੈਂ ਇੱਥੇ ਡੰਗਰਾਂ ਵਾਸਤੇ ਰੱਖਿਆ? ਹਾਂ ਡੰਗਰਾਂ ਵਾਸਤੇ ਰੱਖਿਆ ਤੂੰ, ਹੋ ਤੂੰ ਤੈਨੂੰ ਇਹ ਡੀਸ ਨਹੀਂ ਲਵਾਉਣਾ ਸੀ ਇੱਥੇ ਘਰ 'ਚ, ਉਹਦਾ ਬੰਦਿਆਂ ਵਾਂਗੂ ਰਿਹਾ ਕਰ ਜਿਵੇਂ ਬੰਦੇ ਰਹਿੰਦੇ ਹੈਗੇ। ਤੂੰ ਕੀ ਮੇਰਾ ਸਕਾ ਬੰਦਾ ਲੱਗਦਾ ਗਾ ਜਿਹੜਾ ਇੰਨੀਆਂ ਮੈਂ ਤੈਨੂੰ ਇੰਨੇ ਸਵਾਲ ਆਏ ਤੇਰੇ ਨੇ ਜਵਾਬ ਦੇਵਾਂ? ਚੁੱਪ ਕਰਕੇ ਤੇ ਤੂੰ ਖਾਧੀਆਂ ਨਹੀਂ ਜਾਂਦੀਆਂ ਜਿਹੜੀਆਂ ਦੋਰੁਖੀਆਂ ਸੁੱਖੀਆਂ ਮਿਲਦੀਆਂ, ਆਪਦੀ ਰੋਟੀ 'ਚ ਲੱਤ ਮਰਵਾਉਣ ਨੂੰ ਫਿਰਦਾ ਤੂੰ, ਹੋਰ ਨਹੀਂ ਕੁਛ ਭਾਲਦਾ। ਖਾਓਗੇ ਧੋਖਾ ਭਾਈ, ਖਾਓਗੇ ਧੋਖਾ। ਕੋਈ ਨਹੀਂ ਅਸੀਂ ਜਰ ਲਾਂਗੇ ਜਿਹੜੇ ਧੋਖੇ ਹੋਣਗੇ ਸਾਡੇ ਨਾਲ, ਤੂੰ ਉਹਦਾ ਪਾਸੇ ਪਾਸੇ ਰਿਹਾ ਕਰ। ਮੰਮੀ ਰਜਾਈ ਦੇ ਤਾਂ ਸਾਰੇ ਨਗੰਦੇ ਟੁੱਟੇ ਪਏ ਨੇ, ਦੁਆਰਾ ਭਰਾਉਣ ਵਾਲੀ ਹੋਈ ਪਈ ਆ। ਚੱਲ ਕੋਈ ਨਹੀਂ, ਆਹ ਸਿਆਲ ਨਿਕਲ ਗਿਆ, ਅਗਲੇ ਸਿਆਲ ਦੇਖਾਂਗੇ ਖਰੇ ਕਿਹੜੇ ਰਾਜੇ ਦੀ ਪਰਜਾ ਆਉਣੀ ਕਿਹੜੇ ਦੀ ਨਹੀਂ। ਆਹ ਖਰਚੇ ਤੂੰ ਤਾਂ ਅੱਗੇ ਹੱਥ ਡੈਟ ਆ। ਹੁਣ ਤਾਂ ਮੈਂ ਕੰਮ ਸਾਰਨ ਜੋਗੀ ਕਰ ਦਿੰਦੀ ਹਾਂ ਨਾ।
ਚੱਲ ਕੋਈ ਨੀ ਹੋਰ ਆ, 10-15 ਦਿਨ ਹੋਰ ਆ ਠੰਡ, ਠੰਡ ਤਾਂ ਗਈ, ਧੁੱਪਾਂ ਲੱਗਣ ਲੱਗ ਪਈਆਂ। ਪਾਪਾ ਜੀ ਚਾਹ ਲਿਆ ਤੁਹਾਨੂੰ? ਪਾਣੀ ਲਿਆ ਦੇ, ਮੈਂ ਚਾਹ ਰਹੇ ਹੁੰਦੇ ਤੇ ਕੱਪੜੇ ਪਾਣੀ ਮੇਰੇ ਬੈਗ ਚ। ਕਿੱਥੇ ਜਾਣਾ? ਨਾਲੇ ਪੱਗ ਪਾਦੀ ਦੋ। ਜਾਣਾ ਕਿੱਥੇ? ਕੁਛ ਨਾ ਕੁਛ ਤਾਂ ਮੈਂ ਕਰੂੰਗੀ। ਹੈ ਤੇਰੇ ਲਈ ਗੰਦੀ ਲਾਤਾ ਕਰ ਗਈ ਹੱਥ ਖੜੇ, ਹੁਣ ਤਾਂ ਲੋੜ ਨਹੀਂ, ਨਾ ਕੰਮ ਧੰਦੇ ਦੀ ਲੋੜ ਹੈ, ਨਾ ਮਾਂ ਦੀ ਲੋੜ ਹੈ, ਨਾ ਬਾਪ ਦੀ ਲੋੜ ਹੈ। ਹੈ ਕਾਰ ਆਈ ਇੱਧਰ ਬਹਿ ਕੇ ਵਗ ਗਿਆ, ਕਾਰ ਆਈ ਉੱਧਰ ਬਹਿ ਕੇ ਵਗ ਗਿਆ। ਹੈ 5-6 ਦਿਨ ਹੋ ਗਏ ਕਾਕਾ ਜੀ ਨੇ ਕਰਕੇ ਫੋਨ ਬੰਦ, ਨਾ ਉਹਨੂੰ ਦੀ ਤੀਵੀਂ ਦੀ ਲੋੜ ਹੈ, ਬਾਹਰ ਤੀਵੀਆਂ ਬਣਾ ਰੱਖੀਆਂ ਨੇ ਉਹਨੇ। ਹੈ ਬੈਗ 'ਚ ਕੱਪੜੇ ਪਾ ਕੇ ਤੇ ਕਿੱਥੇ ਨੂੰ ਜਾਣਾ, ਹੋਰ ਹੋਰ ਲੱਗ ਪਿਆ ਮੋਹਰੇ ਕਰਨ। ਮੈਂ ਤਾਂ ਰੁਦੂ ਵਪਾਰੀ ਨਾਲ ਜਾਂਦਾ ਉੱਥੇ ਰਾਜਸਥਾਨ 'ਚ, ਇਹਦੇ ਨਾਲ ਕਰਿਆ ਸਾਡਾ ਗਾਂਡਾ ਮਾੜਾ ਮੋਟਾ, ਡੰਗਰ ਪਸ਼ੂ ਲੈ ਲਿਆ ਕਰਾਂਗੇ, ਵੇਚ ਲਿਆ ਕਰਾਂਗੇ, ਉੱਥੇ 3-4 ਦਿਨ ਮੰਡੀ ਲੱਗਦੀ ਹੈ, ਉੱਥੇ ਰਹਿ ਲੈ ਰਹਿ ਰੂ ਜਾਇਆ ਕਰਾਂਗੇ। ਹੈ ਕੁਛ ਨਾ ਕੁਛ ਤਾਂ ਕਰਾਂਗੇ, ਉੱਥੇ ਲੈ ਕੇ ਡੰਗਰ ਉੱਥੇ ਵੇਚ ਦਿਆ ਕਰਾਂਗੇ, ਇੱਕ ਦੋ ਬੋਤੇ ਬੋਤੀਆਂ ਲੈ ਲਿਆ ਕਰਾਂਗੇ। ਬੋਤੇ ਕੌਣ ਖਰੀਦਦਾ ਅੱਜ ਕੱਲ੍ਹ? ਉਹ ਇੱਥੇ ਨਹੀਂ ਖਰੀਦਦਾ, ਉੱਥੇ ਤਾਂ ਖਰੀਦਦੇ ਨੇ ਰਾਜਸਥਾਨ 'ਚ। ਜਿੱਥੇ ਜਾਣਾ ਜਾ, ਪਹਿਲਾਂ ਹਾਂ ਕੁੜੀ ਦਾ ਹੱਲ ਕਰਕੇ ਜਾ। ਜਮੇਰ ਤੂੰ ਬਾਰ 'ਤੇ ਬਿਠਾ ਗਿਆ, ਅਗਲਾ ਕਹਿੰਦਾ ਜਦੋਂ ਤੱਕ ਪੈਸੇ ਨਹੀਂ ਦਿੰਦੇ ਉਦੋਂ ਤੱਕ ਇਹਨੂੰ ਇੱਥੇ ਰੱਖੋ। ਕਰਨ ਵੇੜਾ ਕੁੜੀ ਦਾ, ਪੈਸੇ ਧੇਲੇ ਦਾ ਕਰ ਪ੍ਰਬੰਧ। ਕਹਿੰਦਾ ਇਹ ਤਾਂ ਬਾਈ ਮਹਾਂ ਵੀ ਮਹੀਨਾ 20 ਦਿਨ ਖੜੋ, ਹੁਣ ਪੰਮੀ ਖੜ, ਮਹੀਨਾ 20 ਦਿਨ ਕਰਕੇ ਦਿੰਦਾ ਮੈਂ ਤੇਰਾ ਹੱਲ ਮਸਾਲਾ। ਕੋਈ ਮਹੀਨੇ ਪਾਈਆਂ ਦਿਨਾਂ ਦੀ ਗੱਲ ਨਹੀਂ ਹੈਗੀ, ਕੁੜੀ ਨੂੰ ਹੁਣੇ ਉਹਦਾ ਪ੍ਰਬੰਧ ਕਰ, ਪੈਸੇ ਦੇ। ਉਹ ਵਿਚਾਰੀ ਇੱਥੇ ਬਾਰ 'ਤੇ ਜਾ ਕੇ ਬੈਠੀ ਆ, ਉਹ ਕਹਿੰਦਾ ਵੜਨ ਲੈ ਇੱਥੇ, ਵੱਡੇ ਵੱਡੇ ਬੋਲ ਕੇ ਗਿਆ ਅਗਲਾ, ਤੈਨੂੰ ਵੀ ਮੈਨੂੰ ਵੀ। ਪੈਸੇ ਕਿੱਥੋਂ ਲਿਆ ਕੇ ਦੇਦਾ ਮੈਂ ਹੁਣ? ਜਿੱਥੋਂ ਮਰਜ਼ੀ ਲਿਆ ਕੇ ਦੇ ਭਾਈ, ਕੁੜੀ ਦਾ ਪ੍ਰਬੰਧ ਕਰ। ਅੱਧ ਹੋ ਗਈ, ਚਿੱਤਰ ਗਾਂਦੀ ਸੋਹਣੀ ਲੱਗਦੀ ਆ, ਮੈਨੂੰ ਵੇਚ ਦੋ ਕਿਤੇ ਨਾ ਕਿਤੇ। ਨਹੀਂ ਬਾਈ, ਤੈਨੂੰ ਵੇਚਣ ਵਾਲੀ ਗੱਲ ਨਹੀਂ, ਪੈਸਿਆਂ ਦਾ ਹੱਲ ਤਾਂ ਬਾਈ ਤੈਨੂੰ ਕਰਨਾ ਹੀ ਪਊਗਾ। ਬਾਈ ਮਹੀਨਾ 20 ਦਿਨ ਖੜ ਹੁਣ ਤੂੰ, ਤੇਰਾ ਕਰਕੇ ਦੇਣਾ ਕੋਈ ਹੱਲ ਪਸਾਲ ਮੈਂ। ਮਹੀਨਾ 20 ਦਿਨ ਨਹੀਂ ਬਾਈ, ਸਿਮੂ ਦੇ ਪਾਪੇ ਨੇ ਬਾਈ ਅੱਜ ਤੱਕ ਮੇਰੇ 2 ਉਂਗਲਾਂ ਨਹੀਂ ਸੀ ਲਾਈਆਂ, ਮੈਨੂੰ ਇੰਨਾ ਕੁੱਟਿਆ ਇੰਨਾ ਕੁੱਟਿਆ, ਜਵਾਕਾਂ ਦੇ ਸਾਹਮਣੇ ਮੇਰੀ ਬਾੜੀ ਬੇਇੱਜ਼ਤੀ ਹੋਈ ਬਾਈ। ਜਮੀ ਸੰਗ ਸ਼ਰਮ ਨਹੀਂ ਹੈਗੀ ਹੈ ਅੰਦਰ ਨੂੰ ਵੀ ਜਵਾਕ ਬਰੋਬਰ ਦੇ ਰਹੇ ਹੱਥ ਚੱਕਦੇ ਫਿਰਦੇ ਹੋ? ਨਹੀਂ ਤਾਂ ਬਾਈ ਨਾ ਪਤਾ ਲੱਗਦਾ, ਨਿੱਜ ਜਾਣਾ ਬੈਂਕ 'ਚ ਵਗ ਗਿਆ, ਉੱਥੇ ਪਤਾ ਲੱਗਿਆ ਵੀ ਬੈਂਕ 'ਚ ਤਾਂ 1 ਰੁਪਿਆ ਨਹੀਂ ਰਿਹਾ ਮੇਰੇ ਨਾਂ 'ਤੇ। ਚਲਾ ਭਾਈ ਮੈਂ ਕਹਿੰਦੀ ਸੀ ਮੇਰੇ ਨਾਲ ਵੀ ਕਸੂਤੀ ਠੱਗੀ ਵੱਜ ਗਈ, ਮੈਂ ਕੀ ਕਰਾਂ, ਮੈਂ ਵੀ ਰਿਸ਼ਤੇਦਾਰੀ ਝਾਸੇ 'ਚ ਆ ਗਿਆ। ਹੈ ਬਾਈ ਮੈਂ ਤਾਂ ਚੱਲ ਅਨਪੋਲ ਸੀਗੀ, ਮੈਨੂੰ ਤਾਂ ਪਤਾ ਨਹੀਂ ਸੀ, ਤੈਨੂੰ ਤਾਂ ਪਤਾ ਸੀ ਕੰਪਨੀ ਵਾਲਿਆਂ ਦਾ। ਤੁਹਾਨੂੰ ਪਤਾ ਦੀ ਕੋਈ ਕਮੀ ਹੈ? ਮੈਂ ਤਾਂ ਨੇਮੋ ਨੇਮ ਵਾਲੀ ਗੱਲ ਹੈ, ਮੈਨੂੰ ਨਹੀਂ ਪਤਾ ਦੀਦੀ ਕੰਜਰ ਦੇ ਐ ਠੱਗੀਆਂ ਮਾਰਦੇ ਨੇ ਕੰਪਨੀ ਵਾਲੇ। ਹੈ ਉਹ ਤਾਂ ਮੇਰੇ ਸਾਹ ਕਹਿੰਦੇ ਵੀ ਐਂ ਕਰਕੇ ਵੀ ਨਾ ਨੇ ਐਂ ਹੋ ਜੂ ਬਾਹ ਹੋ ਜੂਗਾ, ਮੈਂ ਤਾਂ ਜਵਾਕ ਦੀਆਂ ਗੱਲਾਂ 'ਚ ਆ ਗਿਆ ਭਾਈ। ਮੇਰੀ ਗੱਲ ਸੁਣ ਲੈ, ਉਹ ਜਵਾਕ ਜਿਹੇ ਨੂੰ ਫੋਨ ਕਰ। ਉਹ ਕਿੱਥੇ ਆਉਂਦਾ ਮੇਰੇ ਸਾਹ ਦਾ ਹੱਥ 'ਚ ਹੋਣਾ? ਹੈ ਫੋਨ ਤਾਂ ਕਰ ਲੈ, ਉੱਥੇ ਰਹਿੰਦਾ ਉਹਦਾ ਕੰਜਰ, ਚੰਡੀ ਚੰਡੀਗੜ੍ਹ ਰਹਿੰਦਾ ਤਾਂ ਉੱਥੇ। ਚੰਡੀਗੜ੍ਹ ਕਿਹੜਾ ਲੰਡਨ ਵਿੱਚ? ਪੰਮੀ ਭਾਈ ਮੇਰੀ ਗੱਲ ਸੁਣ, ਮੈਂ ਮੈਂਬਰ ਨੂੰ ਕਿਹਾ ਇੱਥੇ, ਹੈ ਇਹਨੂੰ ਹਰਬੰਸ ਨੂੰ ਕਿਹਾ ਮੈਂ, ਮਹਾਂ ਵੀ ਪੈਸੇ ਦਾ ਹੱਲ ਕਰਕੇ ਦੇ, ਕੋਈ ਨਾ ਭਾਈ ਜਿਹੜਾ 1,25,50,000 ਜਿੰਨਾ ਬਣੂਗਾ ਮੈਂ ਤੇਰਾ ਭਾਈ ਉਹਨਾਂ ਭੇਜੂਗਾ। 1-2 ਲੱਖ ਨਾ ਕੀ ਬਣਨਾ, ਐਡੀ ਰਕਮ ਆ, ਅਗਲੇ ਨੇ ਆਪਣਾ ਸਭ ਕੁਛ ਵੇਚ ਕੇ ਦਾਤ ਹੀ ਲਾਇਆ ਆ, ਫਿਰ ਹੁਣ ਕੀ ਕਰਾਂ ਮੈਂ ਤਾਂ, ਡੂੜੀ ਦਾ ਕੀ ਕਿੱਲਾ ਵੀ ਵੇਚ ਕੇ ਜ਼ਮੀਨ ਨਹੀਂ ਪੂਰੇ ਹੁੰਦੇ। ਮੈਂ ਤਾਂ ਬਈ ਤੇਰੇ ਤੇ ਰੱਬ ਜਿੱਡਾ ਭਰੋਸਾ ਕੀਤਾ ਸੀ, ਮੈਨੂੰ ਕੀ ਪਤਾ ਸੀ ਮੇਰੇ ਨਾਲ ਆਹ ਕੁਛ ਬਣੂਗਾ, ਮੈਂ ਆ ਕੇ ਤੇਰੇ ਬਾਰ 'ਚ ਬੈਠ ਗਈ। ਅੰਦਰਦਾਰ ਰਿਸ਼ਤੇਦਾਰੀ 'ਚ ਫਰਕ ਪੈ ਗਿਆ, ਪਹਿਲੇ ਵੀ ਤੇਰਾ ਮਨ ਔਖਾ ਸੀ ਬਾਈ, ਆ ਤੁਸੀਂ ਸਾਨੂੰ ਭੈਣਾਂ ਨੂੰ ਵੰਡ ਲਿਆ, ਪਹਿਲਾਂ ਮਾਂ ਪਿਓ ਵੰਡ ਲਏ, ਪਹਿਲਾਂ ਪੰਮੀ ਮੈਂ ਕਹਿ ਰਹੀ ਕੋਈ ਸਾਡਾ ਤਾਂ ਪਹਿਲੇ ਹੀ ਮੈਂ ਕਰਦੀ ਕੁੜੀਆਂ ਦਾ ਭਾਈ। ਹੈ ਵੰਡ ਵੰਡਾਈਆ ਭਾਈ, ਵੱਡੀ ਨੇ ਕਰਿਆ ਦੀ ਕੁੜੀ ਨੇ, ਉਹਦੇ ਨਾਲ ਰਾਜ ਗੁੰਡੀ ਦੇ ਸਾਰੇ ਪੁਆੜੇ ਪਾਏ ਹੋਏ ਨੇ, ਨਾ ਸਾਰੇ ਟੱਬਰ ਨੂੰ ਗੁੰਡੀ ਬਦਮਾਸ਼ ਨੇ ਲੀਰੋ ਲੀਰ ਕਰਤਾ, ਉਹਦਾ ਫੇਰ ਤੂੰ ਰਾਜ ਗੁੰਡੀ ਦੇ ਢੂਹੇ 'ਚ ਵੜਦਾ। ਮੈਂ ਸੱਚ ਮਿੰਨੇ ਵਾਲੀ ਗੱਲ ਆ, ਮੈਂ ਕਦੇ ਪੂਰੀ ਨੂੰ ਨਹੀਂ ਕਿਹਾ ਦੀ ਕਿ ਭਾਈ ਤੂੰ ਘਰੇ ਨਾ। ਹੈ ਨਿਯਮੋ ਨਿਯਮ ਵਾਲੀ ਗੱਲ ਆ।
ਹੈ ਭੂਰੀ ਨੇ ਮੈਨੂੰ ਆਪ ਕਿਹਾ ਕਹਿੰਦੀ ਬਈ ਇੱਕ ਕੁੜੀ ਉਧਰ ਜਾਇਆ ਕਰੂ ਇੱਕ ਕੁੜੀ ਉਧਰ ਜਾਇਆ ਕਰੂ ਹੁਣ ਮੈਂ ਦੱਸ ਕੀ ਕਰਾਂ ਭੂਰੀ ਵੀ ਰਾਜ ਦੀ ਬੋਲੀ ਬੋਲਦੀ ਹੈ ਉਹ ਅੱਜ ਤੱਕ ਨਹੀਂ ਸਾਡੀ ਬਣੀ ਜੋ ਰਾਜ ਗੁੰਡੀ ਕਹਿੰਦੀ ਆ ਉਹੀ ਭੂਰੀ ਕਰਦੀ ਆ ਉਹ ਭੂਰੀ ਇਹਦੇ ਵਰਗੀ ਸਮਝਦਾਰ ਨਹੀਂ ਹੈਗੀ ਹਾਂ ਭੂਰੀ ਵੀ ਪਿੱਛੇ ਰਲੀ ਹੋਈ ਆ ਟੱਬਰ ਲਈ ਰੋਲੀ ਭਾਈ ਗੱਲੇ ਮੇਰੀ ਗੱਲ ਸੁਣ ਮੇਰੀ ਇਸ ਘਰ ਚ ਤੂੰ ਬਾਲੇ ਚਾਵਾਂ ਨਾਲ ਡੋਲੀ ਠਾਈ ਸੀ ਮੇਰੇ ਘਰ ਚ ਹੁਣ ਉੱਥੋਂ ਅਰਥੀ ਉੱਠਣੀ ਚਾਹੀਦੀ ਆ ਬਈ ਗੱਲਾਂ ਕਰਦੀਆਂ ਕੁੜੇ ਤੂੰ ਹੋਰ ਇਹ ਗੱਲਾਂ ਕਰਨ ਲੱਗ ਗਈ ਤੂੰ ਤਾਂ ਨਾ ਬਈ ਐਂ ਕਰ ਜਮੇਰ ਨੂੰ ਲਾ ਕੇ ਦੇ ਫੋਨ ਜੋ ਨੇ ਕਰਨਾ ਸੀ ਕਰਤਾ ਹਰਮਨ ਨੂੰ ਫੋਨ ਲਾ ਅਜਮੇਰ ਸੂ ਨੂੰ ਫੋਨ ਨਾ ਲਾਈ ਬਸ ਨਾ ਰੂਪਮੀ ਬੈਠ ਬੈਠ ਮੇਰੀ ਭੈਣ ਉਹ ਲਾ ਮੇਰੇ ਸਾਈਜ਼ ਵਾਜ ਨੂੰ ਫੋਨ ਉਹਦੇ ਪਾਵਾਂ ਬੱਖੀਆਂ ਚਲਾ ਦਵਾਂ ਤੇ ਬੰਨ ਕੇ ਅੰਦਰ ਬਾਬਾ ਜੀ ਉਹਨੇ ਐ ਨਹੀਂ ਆਉਣਾ ਹੈਗਾ ਉਹਨੂੰ ਤਾਂ ਕਿਸੇ ਬਹਾਨੇ ਨਾਲ ਬੁਲਾਉਣਾ ਪੈਣਾ ਉਹਨੂੰ ਕਹੋ ਵੀ ਕਿਸੇ ਹੋਰ ਦੇ ਕੰਪਨੀ 'ਚ ਪੈਸੇ ਲਵਾਉਣੇ ਆ ਫੇਰ ਆਊਗਾ ਉਹ ਕੰਪਨੀ 'ਚ ਕੰਮ ਕਰਦਾ ਉਹ ਬਹੁਤ ਚਲਾਕ ਹੈ ਠੀਕ ਕਹਿੰਦੀ ਹੋ ਬਈ ਬਹੂ ਕੀ ਪਤਾ ਕੋਈ ਹੱਲੇ ਹੋ ਜੇ ਮੈਂ ਆਪਦੇ ਘਰੇ ਵੜਦੀ ਹੋ ਜਾ ਮੈਨੂੰ ਤਾਂ ਬਈ ਆਹੀ ਘਰ ਵੱਡ ਖਾਣ ਨੂੰ ਪੈਂਦਾ ਜਿੱਥੇ ਆਉਣ ਲੱਗਿਆ ਜੀ ਲੱਗਦਾ ਸੀ ਉਹਨੂੰ ਲਾ ਫੋਨ ਰੋ ਨਾ ਭਾਈ ਪੰਮੀ ਰੋ ਨਾ ਆਪਣੇ ਜਵਾਬ ਦੇ ਨਾ ਰੋ ਭਾਬੀ ਮੇਰੀਆਂ ਤਾਂ ਚਾਰੇ ਮੱਝਾਂ ਦੁੱਧੋਂ ਵੀ ਭੱਜ ਜਾਣਗੀਆਂ ਸਿੰਮੂ ਦਾ ਪਾਪਾ ਕਿਹੜਾ ਭਲਾ ਗਾ ਭਾਬੀ ਮੇਰਾ ਤਾਂ ਘਰ ਜਮੀ ਪੱਟੇ ਜਾਊਗਾ ਬਹੁਤ ਹਰਾਮੀ ਆ ਉਹ ਫਿਕਰ ਨਾ ਕਰ ਪੰਮੀ ਭਾਈ ਮੈਂ ਕੁਛ ਵੇਚਾਂ ਕੁਛ ਵੱਟਾਂ ਕੁਛ ਮਰਜ਼ੀ ਕਰਾਂ ਨਾ ਕਰਾਂ ਮੈਂ ਤੇਰੇ ਪੈਸੇ ਕਿਵੇਂ ਮਰਜ਼ੀ ਹਰੇਕਾਂ ਹੈਂ ਮੈਨੂੰ ਐਂ ਦੀ ਭਾਈ ਵੀ ਜਵਾਬ ਚੱਲੇ ਜੇ ਕੰਮ ਲੱਗ ਜਾਣਗੇ ਹੌਲੀ ਹੌਲੀ ਕਰਕੇ ਕਦੇ ਦੋ ਮੋਦਾ ਕਦੇ ਤਿੰਨ ਦਿੱਤਾ ਕਦੇ ਚਾਰ ਦਿੱਤਾ ਹੈਂ ਐਂ ਮੋੜ ਦਾਂਗੇ ਪੈਸੇ ਮੈਨੂੰ ਕੀ ਇਹਦੀ ਵੀ ਐਂ ਕੰਮ ਹੋਊਗਾ ਚੁੱਪ ਕਰ ਪੰਮੀ ਹੈਲੋ 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 ਨਾਨਾ ਬੋਲਦਾ ਤੇਰਾ ਸ਼ਾਜਲੀ ਤੋਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਠੀਕ ਹੈ ਵਧੀਆ ਵਧੀਆ ਚੜ੍ਹਦੀ ਕਲਾ ਤੂੰ ਦੱਸ ਕਿਵੇਂ ਹੈ ਨਹੀਂ ਕਰ ਲਿਆ ਕਿਉਂ ਫੋਨ ਨਹੀਂ ਕਰ ਸਕਦਾ ਮੈਂ ਤੈਨੂੰ ਹੈ ਮੈਂ ਕਿਹਾ ਤੇਰੀ ਨਾਨੀ ਕਹਿੰਦੀ ਦੋਤੇ ਨੂੰ ਯਾਦ ਕਰਕੇ ਨਹੀਂ ਪਤਾ ਨਹੀਂ ਕਿੱਥੇ ਕਿੱਥੇ ਨਹੀਂ ਹੈਗਾ ਹੈ ਉਹਦਾ ਗੇੜਾ ਗੁੜਾ ਮਾਰ ਨੂੰ ਹਟ ਗਿਆ ਹੈ ਆਹੋ ਭਾਈ ਹੁਣ ਤੁਸੀਂ ਵੱਡੇ ਹੋ ਗਏ ਹੈ ਤੁਸੀਂ ਕਿੱਥੇ ਯਾਦ ਕਰਦੇ ਨਾਨੇ ਨਾਨੀਆਂ ਨੂੰ ਹੈ ਨਾ ਨਾ ਭਾਈ ਤੁਸੀਂ ਹੁਣ ਵੱਡੀਆਂ ਕਾਰਾਂ 'ਚ ਘੁੰਮਦੇ ਹੋ ਹੈ ਤੈਨੂੰ ਬੜੇ ਕਿੱਥੇ ਯਾਦ ਆਉਂਦੇ ਨੇ ਅੱਛਾ ਐਂ ਦੱਸ ਆਹ ਤੇਰੀ ਨਾਨੀ ਕਹਿੰਦੀ ਕਹਿੰਦੀ ਮੇਰਾ ਬੀਮਾ ਕਰਾ ਕੇ ਦੇ ਕਹਿੰਦੀ
ਉਮਰ ਕਿੰਨੀ ਹੈ? ਉਮਰ ਤਾਂ ਤੇਰੀ ਨਾਨੀ ਦੀ ਮਤਲਬ ਹੋ ਕਿੰਨੀ ਹੈ ਨੀ ਹੈਗੀ ਆ? 65 ਸਾਲ 70 ਸਾਲ ਇੰਨੀ ਕਿੱਥੋਂ ਆ? 65 ਹੋਰ ਸਾਲੀ ਹੈ ਤੁਹਾਨੂੰ ਹੁਣ ਦੀਆਂ ਕਦੇ 60 ਤੇ 2 ਬੱਗੇ ਕੋਆਂ ਵਾਲੀ ਤਾਂ ਹੈਗੀ ਆ 60 ਤੇ 2 60 ਤੇ 2 ਦੀ ਹੈ ਹਾਂ ਫਿਰ ਤਾਂ ਹੋ ਜੂ 62 ਸਾਲ ਦਾ ਤਾਂ ਹਾਂ ਫਿਰ ਕਰਦੇ ਫਿਰ ਹੈ ਕਰਾ ਦਿੰਦਾ ਮੈਂ ਮੁੰਡਾ ਮੁੰਡਾ ਵੀ ਮੇਰਾ ਮਿੱਤਰ ਹੈਗਾ ਤੁਹਾਡੇ ਵੀ ਸੀ ਇਧਰੋਂ ਨਾਲੇ ਓਏ ਮੇਰੀ ਗੱਲ ਸੁਣ ਬੇਟਾ ਆਪਾਂ ਮਿੱਤਰਾ ਮੁੱਤਰਾ ਤੋਂ ਗਾਣੂ ਕਰਾਉਣਾ ਇਹ ਕੰਜਰ ਦੇ ਸਮਝਾਉਂਦੇ ਨਹੀਂ ਹੈਗੇ ਤਰੀਕੇ ਨਾਲ ਹੈ ਇਹ ਤਾਂ ਕਹਿੰਦੀ ਮੈਂ ਤਾਂ ਹਰਮਨ ਤੋਂ ਕਰਾਉਂਗੀ ਤੂੰ ਹੀ ਕਰਕੇ ਜਾ ਹਰ ਕਹਿੰਦੀ ਹਰਮਨ ਤੋਂ ਕਰਾਉਂਗੀ ਮੈਂ ਤਾਂ ਮੇਰੀ ਗੱਲ ਸੁਣ ਬੀਮਾ ਹੈਗਾ ਲੱਖ ਬੂਟ ਲੱਖ ਦਾ ਕਰਾਊਗੀ ਉਹ ਉਹਦੇ ਹਾਂ ਉਹਦੇ ਪੈਸੇ ਪੂਸੇ ਦੇ ਇਕੱਠੇ ਕਰਕੇ ਦੇ ਕਹਿੰਦੀ ਮੈਂ ਤਾਂ ਨਾਲ ਤਾਂ ਜਵਾਕਾਂ ਨੇ 4 ਰੁਪਏ ਜੁੜ ਜਾਣਗੇ ਹੈ ਹੋਰ ਹੁਣ ਤੇਰੀ ਮਾਸੀ ਵੀ ਕਹਿੰਦੀ ਕਰਾਉਣ ਨੂੰ ਦੋ 2.5 ਲੱਖ ਦਾ ਤੇਰੀ ਮਾਸੀ ਕਰਾਊਗੀ ਕਹਿੰਦੀ ਮੈਂ ਕਰਾਉਣਾ ਕਹਿੰਦੀ ਹਾਂ ਉਹ ਵੀ ਆਈ ਹੋਈ ਹੈ ਨਾਨੀ ਨੇ ਧਰਾਉਣਾ ਖਾਤੇ ਚ ਹੈ 2.5 ਲੱਖ ਤੇਰੀ ਮਾਸੀ ਕਹਿੰਦੀ ਮੈਂ ਰਖਾ ਦੂੰਗੀ ਭਾਈ ਮਹਾ ਬਾਈ ਫਾਇਦੇ ਬਹੁਤ ਨੇ ਤਾਂ ਕੁਛ ਮਰਜ਼ੀ ਕਰਾ ਕੇ ਆਜਾ ਕਿੰਨੇ ਘੰਟੇ ਤੇ ਪਹੁੰਚੇਗਾ ਚੰਗਾ ਹੱਥ ਤੱਕ ਆ ਜਾਏਗਾ ਚੰਗਾ ਚੰਗਾ ਪੱਲੇ ਥੱਲੇ ਹੋਏ ਕੰਜਰ ਦੇ ਫਿਰ ਤਾਂ ਦੇ ਕੇ ਤੋਰਾਂਗੇ ਜੇ ਭਾਈ ਕੰਜਰ ਦਾ ਹੀ ਖਾਖੀ ਨੰਗ ਹੋਇਆ ਫਿਰ ਹੋਰ ਹੱਲ ਮਸਾਲਾ ਕਰਾਇਆ ਕੋਈ ਮਰ ਜਾਣੇ ਆ ਇੰਨਾ ਗਰਮ ਪਾਣੀ ਕਾਹਤੋਂ ਪਾਇਆ ਇਹਦੇ ਵਿੱਚ ਠੰਡਾ ਪਾ ਲਿਆਉਂਦਾ ਨਹੀਂ ਧਰਮ ਤਾਂ ਪੱਕੀ ਪਈ ਹੈਗੀ ਤੱਤੇ ਪਾਣੀ ਨਾਲ ਹੀ ਲੋਟ ਆਊਗੀ ਲੇਸੀ ਜਾ ਤੂੰ ਮੈਂ ਤਾਂ ਠੀਕ ਹੋ ਜੂ ਮੈਨੂੰ ਤਾਂ ਨਾ ਜਵਾਕਾਂ ਦੀ ਸੋਚ ਲੱਗੀ ਪਈ ਆ ਮੇਰੇ ਬਿਨਾਂ ਪਤਾ ਨਹੀਂ ਕਿਵੇਂ ਹੋਣਗੇ ਸੂੜਾ ਹੋ ਗਿਆ ਹੋਊ ਉਹਨਾਂ ਦਾ ਵੀ ਜਵਾਕਾਂ ਦਾ ਉੱਥੇ ਬੁਰਾ ਹਾਲ ਹੋ ਰਿਹਾ ਹੋਊਗਾ ਕਿੱਥੇ ਤਾਂ ਮਾਂ ਦਾ ਦੁੱਧ ਬਿਨਾਂ ਬੱਚੇ ਨੇ ਕਿੱਥੇ ਐਡੀਆਂ ਐਡੀਆਂ ਕਿ ਸੀਸੀਆਂ ਆਈਆਂ ਜੋ ਬਿਨਾਂ ਤੈਨੂੰ ਸੋਚ ਹੁੰਦੀ ਕਾਹਨੂੰ ਪੰਗੇ ਲੈਂਦੀ ਤੂੰ ਐਡੇ ਮਹਾਂਪੁਰਸ਼ ਨਾਲ ਬਈ ਮੈਨੂੰ ਕਿਹੜਾ ਪਤਾ ਸੀ ਵੀ ਸੱਟ ਵੱਜੂਗੀ ਹੁਣ ਤਾਂ ਨਾਲੇ ਹੋਰ ਹੀ ਸੋਚ ਲੱਗੀ ਪਈ ਹੈਗੀ ਜੇ ਆ ਮਹੀਨੇ 'ਚ ਨਾ ਮੇਰੀ ਸੱਟ ਲੋਟ ਆਈ ਕਿਤੇ ਬਾਬਾ ਜੀ ਨਾ ਮੇਰਾ ਉੱਥੋਂ ਗੁਫਾ 'ਚੋਂ ਨਾ ਨਾ ਕੱਟ ਦੇਣ ਮੈਂ ਤਾਂ ਜੀ ਕਾਸੇ ਜੋਗੀ ਨਹੀਂ ਰਹਿਣੀ ਫਿਰ ਹੋਰ ਹੁਣ ਕਿਤੇ ਮੁੜ ਕੇ ਬਾਬਾ ਜੀ ਸੇਵਾ ਹੀ ਨਾ ਲੈਣ ਤਾਂ ਮੈਨੂੰ ਵੀ ਉਹਦੇ ਤੋਂ ਲਹਾਏਗੀ ਲੈ ਕਹਿੰਦਾ ਮੈਨੂੰ ਵੀ ਉਹਦੇ ਤੋਂ ਹੋਰ ਹੁਣ ਤੂੰ ਐਂ ਕਰ ਜਾ ਛੇਤੀ ਜਾ ਅੰਬ ਹਲਦੀ ਲੈ ਕੇ ਆ ਦੋ ਵਾਰੀ ਪੀਆ ਕਰੋ ਦੁੱਧ 'ਚ ਪਾ ਕੇ ਮੈਂ ਫਿਰ ਤੇਰੀਆਂ ਉਹੀ ਗੱਲਾਂ ਅੰਬ ਹਲਦੀਆਂ ਨਾਲ ਕੋਈ ਨਹੀਂ ਹੱਡ ਜੁੜਦੇ ਇਹ ਤਾਂ ਖਰੌੜਿਆਂ ਦੇ ਸੂਪ ਨਾਲ ਜੁੜਨਗੇ ਬੇ ਪਾਪੀ ਆ ਨਾ ਤੈਨੂੰ ਸ਼ਰਮ ਨਹੀਂ ਆਉਂਦੀ ਮੇਰਾ ਸ਼ਬਦ ਨਾਮ ਭੰਗ ਕਰੇਗਾ ਮੈਂ ਨਹੀਂ ਪੀਂਦੀ ਪੁੰਦੀ ਉਹ ਬਾਲਾ ਕਰਦਾ ਪਨੀਰ ਲਿਆ ਦੀ ਉਹਦੇ ਨਾਲ ਵੀ ਛੇਤੀ ਠੀਕ ਹੋ ਜੂ ਨਹੀਂ ਪਨੀਰ 'ਚ ਕੀ ਹੁੰਦਾ ਜੂਰੀ ਵਾਲਾ ਦੁੱਧ ਪਾਉਂਦੇ ਨੇ ਲੋਕ ਡੈਰੀਆਂ 'ਚ ਉਹੀ ਪਨੀਰ ਹੁੰਦਾ ਆਪਾਂ ਥੋੜ੍ਹਾ ਪਾਏਗਾ ਪਹਿਲਾਂ ਫਿਰ ਹੋਰ ਕੀ ਹੁਣ ਮੈਂ ਅੱਗ ਖਾਵਾਂ ਵੀ ਛੇਤੀ ਠੀਕ ਹੋ ਜੂ ਉਹਦੇ ਨਾਲ ਚੱਲ ਤੂੰ ਮੇਰੀ ਗੱਲ ਸੁਣ
ਮਿੱਠੇ ਆਲੂ ਦਾ ਖਾ ਲੇਗੀ, ਦੋ ਟਰੇਆਂ ਚੱਕ ਲਿਆਉਣਾ ਹੈ ਦੇਸੀ। ਮੈਂ ਨੀ ਖਾਂਦੀ, ਮੈਨੂੰ ਤਾਂ ਚੱਬਣੇ ਔਖੇ ਲੱਗਦੇ ਨੇ। ਹਰੇਕ ਜੀ ਜੀ ਨੰਨਾ ਮਾਰਿਆ ਕਰ, ਨਾ ਚੱਬੀ ਪੁਰਜੀ ਬਣਾ ਕੇ ਦੇ ਦੂੰ, ਨਹੀਂ ਆਮਲੇਟ ਜਿਹਾ ਬਣਾ ਕੇ ਦੇ ਦੂੰਗਾ। ਲੈ ਆਈ ਜਿਹੜਾ ਕੁਛ ਲਿਆ ਕੇ ਦੇਣਾ, ਹੋਰ ਬਸ ਮੈਂ ਛੇਤੀ ਠੀਕ ਹੋ ਜਾ। ਮੈਨੂੰ ਤਾਂ ਐਂ ਲੱਗਿਆ ਪਿਆ ਜੀ, ਮੇਰਾ ਤਾਂ ਨਾ ਅੰਦਰੋਂ ਸਾਰਾ ਸਰੀਰ ਟੁੱਟ ਗਿਆ, ਜਾਨ ਹੀ ਨਹੀਂ ਹੈਗੀ ਜਮਾ ਵੀ, ਆ ਢੂਹੀ 'ਚ ਵੀ ਦਰਦ ਹੋਈ ਜਾਂਦਾ ਮੱਚਣ ਜੋਗਾ। ਤੂੰ ਮੈਨੂੰ ਐਂ ਦੱਸ, ਹਾਂ ਬਾਬਾ ਜੀ ਨੇ ਤੇਰੇ ਧੋਬੀ ਪਛਾੜਾ ਵੀ ਐਂ ਟੇਡੇ ਲੋਟ ਨੂੰ ਮਾਰੀ ਤੀ, ਐਂ ਬਾਂਹ ਜੀ ਫੜ ਕੇ ਇੱਕ ਮੂਰ ਨੂੰ ਸਿੱਟਦੇ ਹੁੰਦੇ ਨੇ ਪਟਕਾ ਕੇ, ਇੱਕ ਮੂਰ ਨੂੰ ਮਾਰੀ ਤੀ, ਮੂਰ ਨੂੰ ਮਾਰੀ, ਮੂਰ ਵਾਲੀ ਦੀ, ਹਾਂ ਉੱਥੀ ਤਾਂ ਗਲ ਗਿਆ ਕੰਮ, ਅੰਦਰੋਂ ਹਲਿਆ ਆਉਂਦਾ ਸਿਸਟਮ ਬਾਬਾ। ਢੂਹੀ ਵੀ ਦੁਖਦੀ ਉਦਰੀ ਮੈਂ, ਢੂਹੀ ਵੀ ਦੁਖਦੀ ਆ, ਹੋਰ ਕਿ ਤੈਨੂੰ ਘੰਟੇ ਦੀ ਕਹੀ ਜਾਂਦੇ ਵੀ ਭਾਈ ਮੰਜੇ ਤੇ ਵੀ ਨਹੀਂ ਪਿਆ ਜਾਂਦਾ ਮੇਰੇ ਤੋਂ ਤਾਂ। ਟੁੱਡਰੀ ਪੈ ਗਈ ਫਿਰ ਤੇਰੇ, ਟੁੱਡਰੀ ਚੁਕਾਉਣੀ ਪਊਗੀ। ਆਪਣੇ ਕੋਈ ਚੱਕਦਾ ਟੁੱਡਰੀ? ਆਪਣੇ ਹਾਂ ਸੱਚ, ਚਾਚੀ ਤਾਂ ਚੱਕਦੀ ਆ ਸਰਜੀਤ ਕੌਰ, ਉਹਨੂੰ ਬੁਲਾ ਲਿਆਉਂਗਾ ਅੱਥਣੇ। ਆਹੋ ਅੱਥਣੇ ਬੁਲਾ ਲਿਆ ਹੀ ਉਹਨੂੰ। ਹੈਂ ਹੋਰ ਹੁਣ ਛੇਤੀ ਠੀਕ ਹੋ ਜਾ, ਮੈਂ 15 ਦਿਨਾਂ 'ਚ ਜੇ ਮੈਂ ਠੀਕ ਹੋ ਗਈ ਮੈਂ ਉੱਥੇ ਵਗ ਜੂੰਗੀ। ਹੋਰ ਹੁਣ ਉੱਥੇ ਵਗ ਜਾ ਕੇ ਤੇ ਸਾਰੀ ਉਮਰ ਦੀ ਖੱਟੀ ਖੂਹ 'ਚ ਪਾ ਦੇ, ਬਾਬਾ ਸੇਵਾ ਹੀ ਨਾ ਲਵੇ ਮੁੜ ਕੇ। ਜਾ ਤੂੰ ਐਂ ਕਰ ਵਗ ਜਾ, ਲਿਆ ਜਿਹੜਾ ਸਮਾਨ ਲੈ ਕੇ ਆਉਣਾ। ਸਮਾਨ ਤਾਂ ਮੈਂ ਲਿਆਉਣਾ ਨਾਲੇ ਚਾਚੀ ਨੂੰ ਕਿਹਾ ਹੋਣਾ। ਆਹੋ ਖਰੌੜਿਆਂ ਦਾ ਸੂਪ ਤਾਂ ਪੀਣਾ ਹੀ ਪਊਗਾ ਤੈਨੂੰ, ਜਦੋਂ ਬਾਬਾ ਜੀ ਨੇ ਮੇਰੇ ਹੱਥ ਛੱਡਵੀਂ ਕੈਂਚੀ ਮਾਰੀ ਹੈ ਇੱਧਰਲੀ ਲੱਤ ਤੇ, ਟੁੱਟੀ ਹੈ ਲੱਤ, ਸੂਪ ਨਾਲ ਹੀ ਲੋਟ ਆਈ ਹੈ, ਬਲਦੀਆਂ ਨਾਲ ਥੋੜ੍ਹੀ ਲੋਟ ਆਉਂਦੀ ਤੀ। ਲਿਆ ਦੇ ਜਿਹੜਾ ਕੁਛ ਲਿਆਉਣਾ। ਚੱਲ ਮੈਂ ਜਾਣਾ ਚੰਗਾ, ਠੀਕ ਹੋ ਜਾ। ਆ ਲੇਸੀ ਜਾਈ, ਚੰਗਾ ਪੱਕ ਗਈ ਧਰਨ, ਹਾਏ ਪੰਗੇ ਲੈਣੀਆਂ ਮਹਾਂਪੁਰਸ਼ਾਂ ਨਾਲ। ਆਏ ਓਏ ਰੱਬਾ, ਪੈਸਿਆਂ ਦੀ ਲੋੜ ਪੈ ਗਈ ਆਪਾਂ ਨੂੰ, ਖੜੇ ਪੈਰ ਕਿਵੇਂ? ਖੈਰ ਸੁੱਖਾ ਹੈ? ਹੈਂ ਖੈਰ ਸੁੱਖਾ ਹੈ? ਖੈਰ ਸੁੱਖੇ ਆ, ਬੱਬੂ ਦੀ ਮਾਂ ਦੇ ਰਸੌਲੀਆਂ ਆ ਗਈਆਂ। ਅੱਛਾ, ਇੱਕ ਤਾਂ ਢਿੱਡ 'ਚ ਆ ਗਈਆਂ ਰਸੌਲੀਆਂ ਉਹਦੇ, ਹਾਂ ਹਾਂ, ਇੱਕ ਰਸੌਲੀ ਉਹਦੀ ਛਾਤੀ 'ਚ। ਅੱਛਾ, ਹੋਰ ਟੈਸਟ ਕਰਾਇਆ ਤੀਗਾ? ਟੈਸਟ ਕਰਾਇਆ ਆਪਾਂ ਸੰਗਰੂਰ ਬੰਟੀ ਡਾਕਟਰ ਤੋਂ। ਅੱਛਾ, ਉਹ ਮੈਨੂੰ ਕਹਿੰਦਾ ਭਰਪੂਰ ਲੁਧਿਆਣੇ ਲੈ ਜਾ, ਹਾਂ ਇਹ ਬਚਾਉਣੀ ਆ, ਕਹਿੰਦਾ ਦੂਜੀ ਬਿਮਾਰੀਆਂ ਨਿਕਲਿਆ ਵੀ, ਕਹਿੰਦਾ ਜਿਹੜੀ ਉਹ ਕਸੂਤੀ ਹੁੰਦੀ ਆ, ਨਾਂ ਨਹੀਂ ਲੈਂਦੀ ਬਿਮਾਰੀ ਦਾ। ਇਹ ਹੋ ਜਾਂਦਾ ਅੱਜ ਕੱਲ੍ਹ ਬੁੜੀਆਂ ਨੂੰ ਵੀ, ਇਹ ਬਹੁਤ ਇਹ ਦੇਖਿਆ ਮੈਂ, ਹੋਰ ਸਾਡੇ ਰਿਸ਼ਤੇਦਾਰੀ 'ਚ ਦੀ ਇੱਕ ਬੁੜੀ ਨੂੰ। ਅੱਛਾ, ਇਲਾਜ ਕਰਾ ਲਿਆ ਇਹਦਾ, ਆਪਰੇਸ਼ਨ ਕਰਾ ਲਿਆ। ਆਪਰੇਸ਼ਨ ਤਾਂ ਹੁਣ ਆਇਆ ਵੀ ਪੈਸਾ ਟਕਾ ਵੀ ਲਵੇ ਚਾਹੀਦਾ, ਮੈਂ ਤਾਂ ਪੈਸਾ ਤਾਂ ਕਰ ਹੋਜੂ ਇੰਤਜ਼ਾਮ, ਇਲਾਜ ਕਰਾ ਤੂੰ ਪੈਸਾ ਤਾਂ ਹੋਜੂ। ਤੈਨੂੰ ਕਣਕ ਵੱਢ ਕੇ ਦੇ ਦਾਂਗੇ ਮਹਾਂ ਜੀ, ਪਏ ਨੇ ਦੇਖ ਲੈ। ਕਣਕ ਵੱਢ ਕੇ ਤਾਂ ਦੇ ਦੇਗਾ ਯਾਰ, ਕੀ ਆ ਨਾ ਮੈਂ 20,000 ਰੁਪਈਆ ਤਾਂ ਮੇਰੇ ਲਵੇ ਪਿਆ ਘਰੇ, ਮੈਂ ਉਹਦਾ ਦੇ ਕੇ ਆਉਣਾ ਸੀ ਖਲ ਫੀਟ ਵਾਲੇ ਦਾ। ਅੱਛਾ, ਉਹ ਤਾਂ ਮੈਂ ਤੈਨੂੰ ਦੇ ਦਿੰਦਾ, ਸਰਜੂਗਾ 20 ਨਾਲ ਤਾਂ ਨਿਸ਼ਾਨਾ, ਤੂੰ ਐਂ ਰੱਖ 40 ਕੀਤਾ ਕਰ। 40 ਯਾਰ ਇੰਨਾ ਹੋਣਾ ਨਹੀਂ, 10,000 ਰੁਪਈਆ ਮੈਂ ਦੁੱਧ ਵਾਲੇ ਤੋਂ ਲੈਣਾ ਅੱਜ, ਦੇਸੀ ਪੂਰੀ ਹੋ ਗਈ। ਐਂ ਕਰ ਲੈ ਫਿਰ 30 ਤਾਂ ਕਰ, 30 ਤਾਂ। ਹਾਂ 10,000 ਰੁਪਈਆ ਮੈਂ ਤਾਂ ਅਰਮਾਉਂਦਾ ਕਣਕ ਖੇਤ, ਜੇ ਤਾਂ ਮੈਂ ਹੋਇਆ ਘਰੇ ਤਾਂ ਮੈਥੋਂ ਫੜ ਕੇ ਲੈ ਜਾਈ, ਤੂੰ ਘਰੋਂ ਲੈ ਜਾਈ 10,000 5 ਕੁ ਵਜੇ ਫੜ ਕੇ। ਅੱਛਾ, 20,000 ਤਾਂ ਦੇਗਾ ਹੁਣ ਫਿਰ? ਹਾਂ 20 ਲੈ ਜਾ। ਅੱਛੀ ਬਾਤ, 20 ਲੈ ਜਾ। ਅੱਛੀ ਬਾਤ, ਹਾਂ 20 ਲੈ ਜਾ। ਆਹ ਠੀਕ ਹੈ, ਲੈ ਜੀ ਭਰਪੂਰ ਸਿਆਂ ਪਈਆਂ ਤਜਗੜ ਬਣ ਗਿਆ। ਸਤਿ ਸ਼੍ਰੀ ਅਕਾਲ ਨਾਨੇ, ਆ ਗਿਆ ਫਿਰ ਹੈ, ਇੱਥੇ ਖੜਾ ਦੀਗਾ ਕਿਤੇ, ਮੈਂ ਤਾਂ ਮੋੜ ਤੇ ਬੈਠੇ ਦਿੱਤੇ। ਅੱਛਾ, ਹਾਂ ਚਲੋ ਮਾਹ ਮੈਂ ਫਾਈਲ ਕੱਢ ਲਿਆ ਮੜੀ ਜੀ, ਚਲੋ ਚਲੋ। ਨਵੀਂ ਲਵੀ ਕਾਰ? ਨਾ ਉਹੀ ਹੈ। ਹੈ ਉਹੀ ਹੈ, ਨਵੀਂ ਜੀ ਲੱਗਦੀ ਹੈ? ਨਾ ਉਹੀ ਹੈ। ਅੱਛਾ, ਚੱਟੀ ਪਈ ਆ ਹੈ ਦੁੱਧ ਵਰਗੀ, ਆ ਜਾ। ਚਲੋ 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 ਚਲੋ, ਆ ਜਾ ਪੁੱਤ। ਹੋਰ ਕਿਵੇਂ ਸਿਹਤ ਕਾਇਮ ਰਹਿੰਦੀ ਹੈ? ਬਸ ਵਧੀਆ, ਕੁੰਡਾ ਲਾ ਦਿਆ ਮਹਾਂ ਲੋਕ ਕਣ ਸੁਹਾ ਰਹੇ। ਚੱਲ ਐਂ ਤਾਂ ਕੀ ਹੁੰਦਾ, ਇਹ ਤਾਂ ਆਪਣੇ ਆਪਦੀ ਨੇ ਲੋਨ ਜੇ। ਹੋਰ ਫਿਰ
ਵਧੀਆ ਹੈ ਨਾ ਹੈ ਚਾ ਗਿਆ ਮੇਰੇ ਨਾਲ ਤਾਂ ਉਹ ਤਾਂ ਹੈਗੀ ਹੈਗਾ ਮੈਂ ਪਹਿਲਾਂ ਤੋਂ ਹੀ ਆ ਅੱਛਾ ਹਾਂ ਕਿਵੇਂ ਉਦੋਂ ਬਲਗਮ ਦੀ ਮੇਰੇ ਪੁੱਤ ਦੀ ਦਮ 2 ਵਜੇ ਵਾਲਾ ਤੈਨੂੰ ਖਾਸਾ ਹੋ ਜਾਂਦਾ ਦੀ ਦਮ ਆ ਹੁਣ ਠੀਕ ਹੈ ਹੁਣ ਮੈਂ ਬਲਗਮ ਛਾਤੀ 'ਚ ਜੰਮੀ ਪਈ ਹੈ ਅੱਛਾ 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 ਇੱਥੇ ਹੀ ਡਾਲ ਲੈਣਾ ਇੱਥੇ ਬਹਿ ਜਾਂਦੇ ਆਪਾਂ ਧੁੱਪੇ ਗਵਾਂਢੀ ਕੋਠੇ ਚੜ੍ਹ ਚੜ੍ਹ ਕੰਸੂਹਾ ਲੈਂਦੇ ਨੇ ਅੱਛਾ ਚੱਲ ਫਿਰ ਅੰਦਰ ਬਹਿ ਜਾਂਦੇ ਤੂੰ ਚੱਲ ਪਾ ਨਾਨੀ ਚੱਲ ਚੱਲ ਅੰਦਰ ਪਈਆ ਸਤਿ ਸ਼੍ਰੀ ਅਕਾਲ ਨਾਨੀ ਕਿਵੇਂ ਦੁਪਹਿਰੇ ਪਈ ਹੈ ਸਤਿ ਸ਼੍ਰੀ ਅਕਾਲ ਰਾਜੀ ਰਹਿ ਬਹਿ ਜਾ ਭੂ ਆ ਰਹੀ ਹੈ ਸਤਿ ਸ਼੍ਰੀ ਅਕਾਲ ਭੂਆ ਮੈਂ ਕਿਵੇਂ ਸਲਾਹ ਬਣ ਗਈ ਤੁਹਾਡੀ ਹੁਣ ਇੱਕੋ ਲਾਸੇ ਜੀਵਨ ਬੀਮੇ ਦੀ ਤੁਰੰਤ ਜੀਵਨ ਬੀਮਾ ਕਰ ਦਿੰਦੇ ਆ ਆਧਾਰ ਕਾਰਡ ਅਪਡੇਟ ਕਰਾ ਲਿਆ ਠੱਗੀ ਕਰ ਗਈ ਮੈਂ ਕਿਤੇ ਨੀ ਦੱਬਣ ਨੂੰ ਨਾਨੇ ਮੈਂ ਕਿਹੜੀ ਖੰਡ ਚ ਦੱਬ ਤੇ ਸੱਚੀ ਸੱਚੀ ਦੱਸ ਪੈ ਕਿੱਥੇ ਫਿਰ ਮੈਂ ਕਿਤੇ ਨੀ ਦੱਬੇ ਹੈਗੇ ਨਾਨੇ ਕਿਤੇ ਨੀ ਦੱਬੇ ਹੋਏ ਇਹਨੇ ਮੁੰਡਾ ਮਾਰ ਦੇਣਾ ਕੰਜਰ ਦਾ ਲੈ ਕੇ 40-40 ਲੱਖ ਦੀਆਂ ਕਾਰਾਂ ਨਾਨੇ 40 ਲੱਖ ਦਾ ਕੀ ਹੈ ਕੁੜੇ ਪ੍ਰੀਤ ਦਾ ਡੰਡਾ ਫੜਾ ਇਹਦੇ ਤੋਂ ਹਏ ਮੁੰਡਾ ਮਾਰ ਦੇਣਾ ਇਹਨੇ ਦਿਖਾਈ ਜਾ ਕੇ ਉਹ ਬੈਠੇ ਮੂਲੇ ਪੈਸੇ ਦਾ ਹੱਲ ਕਰ ਦੇ ਵਗ ਜੀ ਨਾਨੀ ਬੁਲਾਇਆ ਤਾਂ ਤੁਸੀਂ ਜੀਵਨ ਬੀਮਾ ਕਹਿ ਕੇ ਦੀ ਨਾ ਤੈਨੂੰ ਸਾਨੂੰ ਫੁੱਦੂ ਨਹੀਂ ਬੁਲਾਇਆ ਵੇ ਅਸੀਂ ਤੈਨੂੰ ਬੁਲਾ ਸਕਦੇ ਹੈ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਵੀ ਤੂੰ ਉਹਦੇ ਨਾਨਾ ਨਾਨੀ ਦਾ ਠੱਗੀਆਂ ਮਾਰਦਾ ਬਹਿ ਕੇ ਗੱਲ ਕਰ ਲੋ ਨਾਨੇ ਨਾਨੇ ਹੱਲ ਹੱਲ ਹੋ ਜੂਗਾ ਬਹਿ ਕੇ ਗੱਲ ਕਰ ਲੋ ਬਹਿ ਜਾ ਬਹਿ ਜਾ ਬਹਿ ਜਾ ਛੱਡਣਾ ਨਹੀਂ ਸਾਨੂੰ ਬਹਿ ਜਾ ਇਹਦੇ ਪਿਓ ਨੇ ਛੱਡਣਾ ਨਹੀਂ ਸਾਨੂੰ ਜਵਾਈ ਭਾਈਆ ਬਹਿ ਕੇ ਗੱਲ ਕਰ ਲੋ ਮੇਰੇ ਖੜਦਾ ਨਾਨੇ ਨਾਨੀ ਕੰਪਨੀ ਕਰ ਗਈ ਐਵੇਂ ਨਾਨੇ ਕੰਪਨੀ ਕਰ ਗਈ ਹੋਰ ਕਰ ਗਈ ਸਾਰੇ ਪੈਸੇ ਤੇਰੇ ਦੱਬੇ ਹੋਏ ਨੇ ਕਿਤੇ ਸਮਝ ਗਿਆ ਮੇਰੀ ਗੱਲ ਨਾਨੇ ਕਿਤੇ ਕੁਛ ਨੀ ਦੱਬਿਆ ਹੋਇਆ ਮੇਰੀ ਗੱਲ ਤਾਂ ਸੁਣ ਲਓ ਇੱਕ ਵਾਰੀ ਬਹਿ ਕੇ ਤਾਂ ਗੱਲ ਕਰ ਲਓ ਉਹਨਾਂ ਨੇ ਜਾਣ ਨਹੀਂ ਦਿੰਦਾ ਜਿੰਨਾ ਟਾਈਮ ਮੈਨੂੰ ਮੇਰੇ ਕੋਲ ਪੈਸੇ ਨਹੀਂ ਲੈਂਦਾ ਇਹਦਾ ਗੱਲ ਤਾਂ ਕਰ ਲਓ ਇੱਕ ਵਾਰੀ ਬਹਿ ਕੇ ਤਾਂ ਗੱਲ ਸੁਣ ਲਓ ਮੈਂ ਦੱਸ ਦੇਣਾ ਸਾਰਾ ਕੁਝ ਬਹਿ ਜਾਓ ਬਹਿ ਜਾਓ ਗੱਲ ਸੁਣ ਭਾਈ ਕੋਈ 20-50 ਹਜ਼ਾਰ ਦੀ ਠੱਗੀ ਹੁੰਦੀ ਆ 35-35 ਲੱਖ ਦੀ ਪੰਮੀ ਬਹਿ ਜਾ ਨਹੀਂ ਮੇਰੇ ਹੱਥ ਮੇਰੇ ਹੱਥ ਜਿਹੜਾ ਪੂਆ ਕੁਛ ਲੈ ਗਿਆ ਮੈਨੂੰ ਨਹੀਂ ਮੇਰੇ ਹੱਥ ਜਿਹੜਾ ਪੂਆ ਕੁਛ ਵੀ ਨਹੀਂ ਕਰਾ ਸੇਵਾ ਤੇਰੀ ਹਾਂ ਦੱਸ ਓਏ ਬੋਲ ਕੀ ਚਾਹਣਾ ਨਾਨੇ ਮੇਰੇ ਹੱਥ 'ਚ ਤਾਂ ਕੁਛ ਵੀ ਨਹੀਂ ਮੈਂ ਤਾਂ ਇੰਨਾ ਕਰ ਸਕਦਾ ਭਾਈ ਮੇਰਾ ਕੁਛ ਰੱਖ ਲਓ ਮੇਰਾ ਵਾਹਨ ਲੈ ਲਓ ਹੋਰ ਤਾਂ ਮੇਰੀ ਗੱਲ ਸੁਣ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਆ ਤੇਰੀ ਭੂਆ ਘਰੇ ਛੱਡ ਗਿਆ ਤੇਰਾ ਫੁੱਫੜਾ ਕਹਿੰਦਾ ਪੈਸੇ ਦੇ ਤੂੰ ਇਹਨੂੰ ਇਹਨੂੰ ਠੱਗੀ ਮਰਵਾ ਦੇ ਪਤਾ ਇੰਨੀ ਕੁੱਟੀ ਉਹਦਾ ਬੁੱਥਾ ਕੁੱਟਿਆ ਮੈਂ ਨਾਨੇ ਨੂੰ ਐ ਦੱਸਾਂ ਇਹ ਜਿਹੜਾ ਕਿਹੜਾ ਕੰਦਰ ਤੂੰ ਹੈਲੀਕਾਪਟਰ ਲੈ ਕੇ ਪਹੁੰਚ ਗਿਆ ਰੇ ਜਿਹੜਾ ਤੂੰ ਦਿੱਲੀ ਦੇ ਵਿੱਚ ਦਿੱਲੀ ਤੋਂ ਇੱਥੇ ਦੂੜ ਘੰਟੇ 'ਚ ਆ ਗਿਆ ਹੈ ਮੈਂ ਤਾਂ ਇੱਥੇ ਦੀ ਇੱਥੇ ਦੀ ਨਾਲ ਸਾਨੂੰ ਪਤਾ ਫੁੱਦੂ ਬਣਾਉਣ ਪੁੱਥੇ ਸੰਗਰੂਰ ਫੜਦੇ ਧੱਕੇ ਖਾਂਦਾ ਪਾਰਕਾਂ 'ਚ
ਨਾਨੇ ਨਾਨਾ ਮੈਂ ਤੇਰੇ ਹੀ ਆ ਸਭ ਕਰਤੂਤ ਪਤਾ ਮੈਨੂੰ ਤੇਰੀ ਮੇਰਾ ਸਾਹ ਨਾ ਪੈਸੇ ਦੇ ਦੇਗਾ ਆਪਦੀ ਕਾਰ ਲੈ ਜਾਏਗਾ ਕਾਰ ਅੰਦਰ ਲਾ ਦਿੱਤੀ ਬਸ ਚੜ ਗਿਆ ਚੁੱਪ ਕਰਕੇ ਬੰਦਾ ਬਣ ਕੇ ਮੈਂ ਕਰ ਦਿੰਦਾ ਹੱਲ ਮੈਨੂੰ ਇੱਕ ਵਾਰੀ ਜਾਣ ਤਾਂ ਜਾਣ ਜੂਣ ਦਾ ਨੀ ਪਤਾ ਗੱਡੀ ਮੋੜ ਕੇ ਅੰਦਰ ਲਾ ਦੇ ਇੱਥੇ ਸ਼ੈੱਡ ਥੱਲੇ ਲਾ ਦੇ ਆਪਦੀ ਕਾਰ ਲਈ ਅਸੀਂ ਤੇਰੀ ਕਾਰ ਤੋਂ ਧਾਰਾ ਖੜਾਉਣੀ ਸੀ ਪੈਸੇ ਦੀ ਕਾਰ ਲਈ ਜਾਂਦੀ ਨਾਨੇ ਫਿਰ ਉਹੀ ਕਹਿਣਾ ਮੈਂ ਹੱਲ ਤਾਂ ਕਰਨ ਜਾਣਾ ਹੀ ਪਊਗਾ ਮੈਨੂੰ ਗੱਲ ਤਾਂ ਕਿਤੇ ਕਾਰ ਗੱਡੀ ਅੰਦਰ ਲਾ ਦੇ ਲੈ ਚਾਬੀ ਲਿਆ ਗੱਡੀ ਚੱਲ ਗੱਡੀ ਰੱਖ ਦੇ ਪੁੱਤ ਮੈਂ ਤੈਨੂੰ ਲਿਆ ਮੇਰੇ ਸਾਲ ਦੇ ਮੈਂ ਲੱਤਾਂ ਤੋੜ ਦੂੰ ਮੈਂ ਇਹ ਜਾਨ ਨਾਲ ਤੂੰ ਨਰਮਾਈ ਦੀ ਨਰਮਾਈ ਸਮਝੀ ਨਾ ਮੈਨੂੰ ਵੀ ਨਾਨਾ ਕਿਹੜਾ ਕੁਛ ਕਹਿੰਦਾ ਜਾਨ ਨਾਲ ਗੱਡੀ ਲੈ ਭਾਈ ਆ ਲਵਾ ਤੋ ਫੌਜੀ ਨੂੰ ਅੰਦਰ ਲਵਾ ਕਾਰ ਫੌਜੀ ਕਹਿੰਦੇ ਕਾਰ ਅੰਦਰ ਲਾ ਦੂਗਾ ਚੋਦਾ ਬਣਿਆ ਲਵਾ ਲੈ ਆਪਣੇ ਫੜਾ ਦੇ ਚਾਬੀ ਫੜਾ ਦੇ ਮੈਂ ਫੁੱਟ ਤੇ ਮਾਰੂ ਸਾਲੀ ਦੇ ਫੜਾ ਦੇ ਬਾਹਰ ਨਹੀਂ ਫੜਾ ਦੇ ਕੋਈ ਨਹੀਂ ਭਾਈ ਬਹਿ ਜਾ ਬਹਿ ਜਾ ਤੈਨੂੰ ਐਵੇਂ ਹੱਟ ਟੈਕ ਨਾ ਹੋ ਜੇ ਬਹਿ ਜਾ ਹੱਟ ਟੈਕ ਇਹਨੂੰ ਨਹੀਂ ਹੋਣਾ ਹੱਟ ਟੈਕ ਮੈਨੂੰ ਹੋਣਾ ਮੇਰੀ ਧੀ ਦਾ ਘਰ ਪੱਟਿਆ ਜਾਣਾ ਜੇ ਮੇਰੇ ਦੋਤੇ ਨੂੰ ਕੁਝ ਹੋ ਗਿਆ ਨਾਨੀ ਦੱਸਾਂ ਤੁਹਾਨੂੰ ਨਾਨੀ ਮੈਂ ਕਰ ਲੈਣਾ ਸਾਰੀ ਗੱਲ ਕੋਈ ਨਾ ਤਾਂ ਪਹਿਲੇ ਬਥੇਰਾ ਆ ਕਦੋਂ ਕਰੇਗਾ ਦੱਸਦੇ ਭਾਈ ਕਦੋਂ ਕਰੇਗਾ ਪਹਿਲੇ ਨਹੀਂ ਟਿਕਣ ਦਿੰਦਾ ਮੇਰੀ ਧੀ ਨੂੰ ਖਰਜਾ ਕਿੰਨੇ ਦਿਨ ਲਵੇਂਗਾ ਦੱਸ ਦੇਣ ਹੈ ਦੱਸ ਗੱਡੀ ਖੜਾ ਦੇ ਉਰੇ ਲਾਤੀ ਗੱਡੀ ਆਪਦੀ ਬੱਸ ਚੜ ਜਾ ਲੰਘ ਜਾ ਭੈਣ ਦੇ ਤੁਸੀਂ ਤਾਂ ਚਾਹ ਬਣਾਉਣ ਦੀ ਲਾਇਕ ਨਹੀਂ ਹੈਗੇ ਇਸ ਰਿਸ਼ਤੇਦਾਰ ਹਾਏ ਮੇਰੇ ਜਵਾਈ ਨੇ ਮੇਰੇ ਬੁਰਾ ਹਾਲ ਕਰ ਦੇਣਾ ਮੇਰੀ ਧੀ ਦਾ ਮੇਰੇ ਜਵਾਈ ਨੇ ਮੇਰੀ ਧੀ ਘਰ ਬਿਠਾ ਦੇਣੀ ਗੱਡੀ ਰੱਖ ਲਈ ਤਾਂ ਚੱਲ 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 ਚੁੱਪ ਕਰਕੇ ਬਹਿ ਜਾ ਮੈਨੂੰ ਪਤਾ ਪੈਸੇ ਕਿਵੇਂ ਕਢਾਉਣੇ ਨੇ ਗੰਦ ਪਾ ਰੱਖਿਆ ਸਾਰਿਆਂ ਨੇ ਕੋਈ ਨਾ ਭਾਈ ਤੈਨੂੰ ਕਾਰ ਵੇਚ ਕੇ ਦੇ ਦਾਂਗੇ ਪੈਸੇ ਤੜਕੇ ਨੂੰ ਤੈਨੂੰ ਪੈਸੇ ਦੇ ਕੇ ਤੋਰੂੰਗਾ ਆਲੋ ਪਾਪਾ ਜੀ ਪਾਣੀ ਪੀ ਲਓ ਲੈ ਭਾਈ ਬੈਗ 'ਚ ਭਾਈ ਮੇਰੇ ਨਾਲ ਤਾਂ ਕੱਪੜੇ ਪਾ ਦੇ ਨਾਲੇ ਕੁੜਤਾ ਚਾਦਰਾ ਕੱਢ ਦੇ ਮੇਰਾ ਪੱਗ ਕਰ ਦੀ ਇੱਕ ਪਾਪਾ ਜੀ ਜਾ ਰਹੇ ਹੋ ਤੁਸੀਂ ਕਿਤੇ ਕੁਛ ਤੱਕ ਪਰ ਕਰੂੰਗੀ ਭਾਈ ਮੈਂ ਹੈ ਘਰ ਕਿਵੇਂ ਚੱਲੂਗਾ ਫਿਰ ਐਂ ਜੇ ਕੰਮ ਨਹੀਂ ਕਰੂੰਗਾ ਇਹਦਾ ਮੈਸਾ ਦੇਖਣ ਜਾਂਦੇ ਹਾਂ ਭਾਈ ਅੱਛਾ ਤੜਕੇ ਆਊਂਗਾ ਮੁੜ ਕੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਦਾ ਕਰਨਾ ਵੀ ਬਣਦਾ ਹੈ ਕਿਉਂਕਿ ਇੱਕ ਵਾਰ ਫੇਰ ਮੋਦੀ ਦੀ ਵੀ ਕੁੱਤੇ ਵਾਲੀ ਜ਼ਬਾਨ ਹੋਈ ਪਈ ਹੈ ਹੈ ਕਿਸਾਨਾਂ ਨੂੰ MSP ਦੇ ਕੇ ਤੇ ਫੇਰ ਮੁੱਕਰ ਗਿਆ ਬਿਆਨ ਹੀ ਦਿੰਦੇ ਨੇ ਇਹ ਕਿਹੜਾ ਦਿੰਦੇ ਆ ਹਾਂਜੀ ਅੱਛਾ ਸਤਿ ਸ੍ਰੀ ਅਕਾਲ ਜੀ ਕਿਵੇਂ ਧੁੱਪ ਸੇਕਣ ਲੱਗੇ ਹਾਂਜੀ 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 ਹੋਰ ਠੀਕ ਠਾਕ ਆ ਪਰਿਵਾਰ ਸਾਰਾ ਹਾਂਜੀ ਹਾਂਜੀ ਵਧੀਆ ਵਧੀਆ ਤੁਸੀਂ ਦੱਸੋ ਜੀ ਵਧੀਆ ਲੜਕੀ ਉਹ ਗੁੱਡੀ ਤਾਂ ਆਪਣੀ ਵਿਆਹ ਗਈ ਹੋਈ ਹੈ ਇੱਥੇ ਗਵਾਂਢ 'ਚ ਆਪਣੇ ਵਿਆਹ ਸੀਗਾ ਜੀ ਅੱਛਾ ਹਾਂਜੀ ਫਿਰ ਵਿਆਹ ਮੈਂ ਫਿਰ ਘਰੇ ਸਰਦਾ ਨਹੀਂ ਮੈਂ ਕੋਈ ਆ ਜਾਂਦਾ ਘਰੇ ਕੱਲੀ ਨਾ ਭੇਜੇ ਕਰੋ ਕੁੜੀ ਨੂੰ ਭਾਈ ਜਵਾਨਾ ਖਰਾਬ ਆ ਵਿਆਹ ਕਰਦੀ ਨਹੀਂ ਨਹੀਂ ਮੇਰੀ ਆਹ ਮੇਰੀ ਮਾਸੀ ਸੱਸ ਗਈ ਹੈ ਨਾਲ ਸਾਡੇ ਘਰਾਂ 'ਚ ਅੱਛਾ ਅੱਛਾ ਹਾਂਜੀ ਉਹ ਨਾਲ ਹੀ ਹੈ ਕੁੜੀ ਦੇ ਠੀਕ ਹੈ ਅੱਛਾ ਹਾਂਜੀ ਪਾਣੀ ਲੈ ਕੇ ਆਵਾਂ ਜੀ ਤੁਹਾਡੇ ਵਾਸਤੇ ਨਾ ਨਾ ਪਾਣੀ ਪਾਣੀ ਤਾਂ ਮੈਂ ਇੱਥੇ ਘੇਰ ਲਿਆ ਸਰਪੰਚ ਨੇ ਮੈਨੂੰ ਅੱਛਾ ਚਾਹ ਪੀ ਗਈ ਭਰਪੂਰ ਅੱਛਾ ਮੈਂ ਤਾਂ ਉਹ ਕਰਾਉਣ ਆਇਆ ਸੀ ਹੋ ਗਿਆ ਆਪਣਾ ਸਾਰਾ ਕੰਮ ਉਧਰ ਦਾ ਅੱਛਾ ਜੀ ਚਲੋ ਵਧੀਆ ਹੋ ਗਿਆ ਜੀ ਹੋਰ ਫੋਟੋ ਖਿੱਚ ਕੇ ਅੱਛਾ ਜੀ ਭਗਵੰਤ ਮਾਨ ਨੂੰ ਭੇਜਤੀ ਅੱਛਾ ਅੱਛਾ ਉਹ ਕਹਿੰਦਾ ਭਗਵੰਤ ਮਾਨ ਕਹਿੰਦਾ ਪਹਿਲਾਂ ਮੈਂ ਦੇਖੂੰਗਾ ਫੋਟੋ ਠੀਕ ਹੈ ਸਹੀ ਹੈ ਕੰਮ ਚਲੋ ਵਧੀਆ ਹੋ ਗਿਆ ਰੱਬ ਦੇ ਅਫਸਰ ਅਫਸਰ ਦਿਖਾਊਗਾ ਉਹ ਵੀ ਕਰਕੇ ਸਹੀ ਹੈ ਗਲਤ ਹੈ ਠੀਕ ਹੈ ਜੀ ਉਹਨੇ ਹੋਰ ਕਿਹਾ ਹੁਣ ਭਗਵੰਤ ਮਾਨ ਨੇ ਫੋਨ ਕਰਿਆ ਦੀ ਰਾਤ ਮੈਨੂੰ
ਅੱਛਾ ਜੀ ਹਾਂ ਕਹਿੰਦਾ ਵੀ ਐਂ ਕਰਕੇ ਆਧਾਰ ਕਾਰਡ ਅਤੇ ਪਿੰਨ ਕਾਰਡ ਅਤੇ ਰਾਸ਼ਨ ਕਾਰਡ 'ਤੇ ਉੱਥੇ ਵੀ ਲਿਖਾ ਦੇਣਾ ਆਧਾਰ ਕਾਰਡ ਤਾਂ ਆਧਾਰ ਕਾਰਡ 'ਤੇ ਵੀ ਹੁਣ ਨਾਮ ਦੀਆਂ ਹੋਣਗੀਆਂ ਜੀ ਆਪਣੇ ਕੋਈ ਆਧਾਰ ਕਾਰਡ 'ਤੇ ਉਹਨੇ ਕਿਹਾ ਵੀ ਬੇਫ ਓਫ ਚੇਂਜ ਕਰਾ ਬੇਫ ਓਫ ਲਿਖਿਆ ਇੱਥੇ ਅੱਛਾ ਵਾਈਫ ਓਫ ਹਾਂ ਬੇ ਹਾਂ ਵੀ ਬੇਫ ਓਫ ਹਾਂਜੀ ਹਾਂਜੀ ਪਹਿਲਾਂ ਹੋਰ ਤੀ ਹਾਂਜੀ ਫਿਰ ਹੁਣ ਬੇਫ ਓਫ ਭਰਪੂਰ ਸਿੰਘ ਹੋਊਗਾ ਇਹਦੇ ਅੱਛਾ ਤੁਹਾਡਾ ਨਾਂ ਚੜ੍ਹਨਾ ਹਾਂ ਵੀ ਮੇਰਾ ਨਾਂ ਚੜੂਗਾ ਫਿਰ ਕਾਗਜ਼ ਫਿਰ ਪੂਰੇ ਹੋਣਗੇ ਆਪਣੇ ਅੱਛਾ ਜੀ ਹੋਰ ਉੱਧਰ ਤਾਂ ਮੈਨੂੰ ਫੋਨ ਟੈਲੀਫੋਨ 'ਤੇ ਟੈਲੀਫੋਨ ਚਾੜ ਰੱਖਿਆ ਉਹਨਾਂ ਨੇ ਤਾਂ ਅਫਸਰਾਂ ਨੇ ਵੀ ਛੇਤੀ ਕਾਗਜ਼ ਪੱਤਰ ਲਿਆਓ ਕੁੜੀ ਨੂੰ ਚੜ੍ਹਾਈਏ ਨੌਕਰੀ 'ਤੇ ਅੱਛਾ ਜੀ ਹੋਰ ਉਹ ਤਾਂ ਰੋਜ਼ ਦੀ ਰੋਜ਼ ਫੋਨ ਬੰਦੇ ਹੋ ਜਾਂਦਾ ਇੰਨੇ ਫੋਨ ਅਤੇ ਫਿਰ ਹੁਣ ਆਪਣੇ ਕਿਹੜੇ ਕਿਹੜੇ ਕਾਗਜ਼ ਪੱਤਰ ਚਾਹੀਦੇ ਆ ਹੁਣ ਤੁਹਾਨੂੰ ਇਸ ਵੇਲੇ ਤਾਂ ਆਪਾਂ ਨੂੰ ਲੜਕੀ ਦਾ ਅਤੇ ਤੇਰਾ ਆਧਾਰ ਕਾਰਡ ਅੱਛਾ ਜੀ ਇੱਕ ਪਿੰਨ ਕਾਰਡ ਠੀਕ ਹੈ ਜੀ ਇੱਕ ਰਾਸ਼ਨ ਕਾਰਡ ਠੀਕ ਇਹਨਾਂ ਦੇ ਉੱਪਰ ਬੇਫ ਓਫ ਬਦਲੂਗਾ ਫਿਰ ਕੰਮ ਤਾਂ ਬਣ ਜੂਗਾ ਨਾ ਜੀ ਆਪਣਾ ਕੰਮ ਤਾਂ 100% ਹੈ ਹੁਣ ਕਾਰਨ ਕੀ ਕੰਮ ਬਣ ਜੇ ਜੀ ਬਾਕੀ ਹੁਣ ਇਹ ਆ ਮੈਂ ਇੱਕ ਦਿਨ ਰਾਏ ਕਰਨਾ ਆ ਵੀ ਇਹਦਾ ਜਿਹੜਾ ਪਤਾ ਟਿਕਾਣਾ ਵੀ ਇਹਦੇ ਪਤਾ ਲਿਖਿਆ ਹੁੰਦਾ ਆਪਣਾ ਵੀ ਘਰ ਦਾ ਪਤਾ ਹਾਂਜੀ ਵੀ ਉਹ ਕਿੱਥੇ ਦਾ ਲਿਖਾਈ ਹੁਣ ਆਪਾਂ ਉਹ ਉੱਧਰ ਸ਼ਾਇਰੀ ਲਿਖਾਈਏ ਕਿ ਫਿਰ ਤੁਹਾਡੇ ਪਿੰਡ ਦਾ ਲਿਖਾਈਏ ਆਪਾਂ ਇਹ ਤਾਂ ਇੱਥੋਂ ਦੇ ਲਿਖਾਵਾਂਗੇ ਜੀ ਜਦੋਂ ਸਾਡੀ ਜ਼ਮੀਨ ਜਾਇਦਾਦ ਇੱਥੇ ਆ ਨਾ ਘਰ ਬਾਰ ਇੱਥੋਂ ਦਾ ਗਾ ਜਮਾਂ ਹਾਂਜੀ ਹਾਂ ਘਰ ਬਾਰ ਉਹ ਕਹਿੰਦੇ ਵੀ ਜ਼ਮੀਨ ਜਾਇਦਾਦ ਆਪਣੀ ਜਦੋਂ ਇੱਥੋਂ ਦੀ ਰਕਬਾ ਇੱਥੋਂ ਦਾ ਹਾਂਜੀ ਹਾਂਜੀ ਉਹ ਤਾਂ ਫਿਰ ਇੱਥੋਂ ਦਾ ਸਾਰਾ ਕੁਝ ਇੱਥੋਂ ਦਾ ਜ਼ਮੀਨ ਇੱਥੇ ਹੈ ਘਰ ਵੀ ਆਪਣਾ ਇੱਥੇ ਦੇ ਨਾਂ ਤੇ ਹੈ ਹਾਂਜੀ ਹਾਂਜੀ ਸੰਤ ਸੰਦੇੜਾ ਵੀ ਆਪਣਾ ਇੱਥੋਂ ਦਾ ਨਾਂ ਟਰੈਕਟਰ ਵੀ ਆਪਣੇ ਤੁਹਾਡੇ ਇੱਥੇ ਦੇ ਨਾਂ ਤੇ ਤੁਹਾਡੇ ਨਾਂ ਹੋਊਗਾ ਇਹ ਤਾਂ ਨਹੀਂ ਮੇਰੇ ਨਾਂ ਹੈਗਾ ਜੀ ਇਹ ਕਿਹਦੇ ਨਾਂ ਫਿਰ ਇਹ ਤਾਂ ਉਹ ਜਿਹੜਾ ਮੇਰਾ ਜੇਠ ਆ ਜਿਹੜਾ ਇੱਥੇ ਰਹਿੰਦਾ ਸਾਡੇ ਪਸ਼ੂ ਢਾਂਗਾ ਸਾਹਿਬ ਦਾ ਉਹ ਸਕਾ ਜੇਠਾ ਭਾਈ ਉਹ ਨਹੀਂ ਜੀ ਉਹ ਨਾ ਇਹ ਮੇਰੀ ਮਾਸੀ ਸੱਸ ਮਰ ਗਈ ਸੀ ਨਿੱਕੇ ਜਿਹੇ ਹੁੰਦੇ ਨੂੰ ਛੱਡ ਕੇ ਇਹ ਫਿਰ ਮੇਰੀ ਸੱਸ ਨੇ ਪਾਲਿਆ ਸੀਗਾ ਜੀ ਅੱਛਾ ਤੇ ਇਹ ਮੇਰੇ ਘਰ ਵਾਲੇ ਤੋਂ ਵੱਡਾ ਹੈਗਾ ਅੱਛਾ ਉਹ ਤਾਂ ਰੌਲਾ ਜਿਹਾ ਪਾਇਆ ਸੀ ਵੀ ਕਹਿੰਦੇ ਤੇਰੇ ਸਿਰ ਧਰ ਦਿੰਦੇ ਆ ਨਾ ਨਾ ਭਾਈ ਬੰਦਾ ਵਧੀਆ ਨਹੀਂ ਹੈ ਨਾ ਫਿਰ ਅਸੀਂ ਤਾਂ ਫਿਰ ਮੇਰੇ ਪੇਕੇ ਨਹੀਂ ਮੰਨੇ ਹੈਗੇ ਤੇ ਵਿਆਹ ਵੀ ਇਹਨੇ ਕਰਾਇਆ ਨਹੀਂ ਬਸ ਇੱਥੇ ਡੰਗਰ ਪਸ਼ੂ ਸਾਂਭਦਾ ਤੇ ਚਲੋ ਰੋਟੀ ਪਾਣੀ ਖਾ ਲੈਂਦਾ ਡੰਗ ਤੁੰਗ ਤਾਂ ਨਹੀਂ ਕਰਦਾ ਨਹੀਂ ਨਹੀਂ ਦੱਸੋ ਹੁਣ ਤਾਂ ਮੈਂ ਤਾਂ ਤੇ ਗੋਡਾ ਵੀ ਖਾਦੇ ਨਹੀਂ ਨਹੀਂ ਚਲੋ ਆਏ ਤਾਂ ਬੰਦੇ ਦਾ ਘਰੇ ਸੁੱਖ ਹੀ ਹੁੰਦਾ ਜੀ ਅੱਛਾ ਹਾਂਜੀ ਹਾਂ ਤੇ ਇੱਕ ਤਾਂ ਕਾਚ ਕਾ ਪੱਤਰ ਨੇ ਅੱਛਾ ਜੀ ਇਹ ਦਿੱਤੇ ਨੇ ਅੱਛਾ ਜੀ ਆ ਹੋ ਗਿਆ ਹੈ ਨਾ ਆਪਣਾ ਇਹ ਕੱਚਾ ਕੱਢ ਕੇ ਦਿੱਤਾ ਉਹਨੇ ਅੱਛਾ ਜੀ ਵਿਆਹ ਦਾ ਆਪਣਾ ਇੱਕ ਪੱਕਾ ਕਾਗਜ਼ ਬਣੂਗਾ ਅੱਛਾ ਜੀ ਉਹ ਸਰਟੀਫਿਕੇਟ ਅੱਛਾ ਸਰਟੀਫਿਕੇਟ ਬਣ ਕੇ ਜਦੋਂ ਆਪਣਾ ਪੱਕਾ ਕਾਗਜ਼ ਬਣ ਜੂਗਾ ਫਿਰ ਇਹ ਹਾਂਜੀ ਇੱਕ ਤਾਂ ਇਹ ਘਰੇ ਤੁਸੀਂ ਰੱਖਿਓ ਘਰੇ ਠੀਕ ਹੈ ਫਿਰ ਇੱਕ ਵੱਡੀ ਫੋਟੋ ਆ ਜੂ ਫੋਟੋ ਸਬੂਤ ਵਜੋਂ ਰੱਖੀ ਗਈ ਘਰੇ ਅਫਸਰ ਉਫਸਰ ਆ ਜਾਂਦਾ ਕਈ ਵਾਰ ਦਿਖਾਉਣਾ ਪੈ ਜਾਂਦਾ ਅੱਛਾ ਫੋਟੋ ਵੀ ਆ ਹਾਂ ਇਹਦੇ ਮਤਲਬ ਕਿ ਜਿੰਨਾ ਰਕਬਾ ਰੁਕਬਾ ਸਾਰੇ 'ਚ ਮੇਰਾ ਨਾਂ ਬੋਲਣ ਲੱਗੂਗਾ ਫਿਰ ਕਿਤੇ ਆਪਾਂ ਨੂੰ ਐਂ ਲੱਗੂਗਾ ਵੀ ਭਰਪੂਰ ਸਿੰਘ ਦੀ ਬੇਹੱਦ ਤੁਸੀਂ ਅੱਛਾ ਜੀ ਕਾਗਜ਼ ਪੱਤਰਾਂ 'ਚ ਠੀਕ ਹੈ ਜੀ ਹਾਂ ਤੇ ਐਂ ਦੱਸੋ ਵੀ ਹੁਣ ਰੋਟੀ ਖਾਓਗੇ ਕਿ ਚਾਹ ਬਣਾਵਾਂ ਮੈਂ ਰੋਟੀ ਦਾ ਕਹਾਂ ਮੈਂ ਚਾਹ ਦੀ ਘੁੱਟੇ ਬਣਾ ਲੈ ਬਸ ਮੈਂ ਚਾਹ ਬਣਾ ਲੈਂਦੀ ਹਾਂ ਤੇ ਫਿਰ ਤੁਹਾਨੂੰ ਲਿਆ ਕੇ ਦਿੰਦੀ ਹਾਂ ਮੈਂ ਕਾਗਜ਼ ਪੱਤਰ ਆ ਲਿਆ ਦੋ ਸਾਰੇ ਕੁਝ ਠੀਕ ਹੈ ਜੀ ਦੀਆਂ ਕੰਧਾਂ ਨੀਵੀਆਂ ਨੇ ਕੰਜਰ ਦੀਆਂ ਉੱਚੇ ਚੁਕਾਉਣੀਆਂ ਪੈਣੀਆਂ ਹੁਣ ਨਹੀਂ ਲੋਕ ਐਨੀ ਦਾ ਦੇਖ ਦੁੱਖ ਨਾ ਲੈਣ ਕਿਤੇ ਉੱਪਰਾ ਬੰਦਾ ਕਾ ਧੋਣ ਲੈ ਘਰੇ ਉਹੀ ਜੀ ਪਿਆ ਕਿਤੇ ਲਵੇੜ ਲਵੂੜ ਤਾਂ ਨਹੀਂ ਦਿੱਤਾ ਕੰਜਰ ਦੇਣੇ ਰਾਈਡ ਦਾ ਖੈਰ ਨਾਵਾਂ ਪਿਆ ਕੋਈ ਗੱਲ ਨਹੀਂ ਫਿਕਰ ਨਾ ਕਰ ਤੇਰੇ ਸਟੇਅਰ ਨੂੰ ਹੱਥ ਮੈਂ ਕਰੜਾ ਹੋ ਗਈ ਪਊ ਜੇ ਕਣਕ ਨਾ ਢੋਈ ਨਾ ਤੇਰੇ 'ਤੇ ਮੇਰਾ ਨਾਂ ਵੀ ਭਰਪੂਰ ਸਿੰਘ ਨੇ